ਦਰਸ਼ਨਾਂ ਦੇਣੀ। ਫਿਰ 2013 ਦੇ ਵਿੱਚ ਬਿੱਟੂ ਦਾ ਵਿਆਹ ਜਿਹੜਾ ਉਹ ਅਮਨਪ੍ਰੀਤ ਕੌਰ ਦੇ ਨਾਲ ਹੋਇਆ ਅਤੇ ਪਰਮਾਤਮਾ ਨੇ ਇੱਕ ਪੁੱਤਰ ਦੀ ਦਾਤ ਜਿਹੜੀ ਬਿੱਟੂ ਨੂੰ ਦਿੱਤੀ ਅਤੇ ਉਹਦਾ ਨਾਂ ਰੱਖਿਆ ਰਸ਼ਮੀਤ ਸਿੰਘ। ਅੱਜ ਰਸ਼ਮੀਤ ਸਿੰਘ ਦੀਆਂ ਅੱਖਾਂ ਵੀ ਨਮ ਨੇ, ਸਾਰਾ ਪਰਿਵਾਰ ਦੀਆਂ ਸਮੁੱਚੇ ਕਬੱਡੀ ਜਗਤ ਦੀਆਂ ਅੱਖਾਂ ਨਮ ਨੇ, ਕਿਉਂਕਿ ਕਬੱਡੀ ਦਾ ਹੀਰਾ, ਕਬੱਡੀ ਦਾ ਖਿਡਾਰੀ ਬੰਦਾ ਇੱਕ ਮਿਹਨਤ ਦੇ ਨਾਲ ਬਣ ਸਕਦਾ, ਪਰ ਸਮਾਜ ਦੇ ਵਿੱਚ ਇੱਕ ਵਧੀਆ ਇਨਸਾਨ ਬਣਨਾ ਇਹ ਕਿਸੇ ਕਿਸੇ ਦੇ ਹਿੱਸੇ ਆਉਂਦਾ। ਇਹ ਹਿੱਸੇ ਆਇਆ ਬਿੱਟੂ ਦਗਾਲ ਦੇ। ਬਿੱਟੂ ਲੰਮੇ ਸਮੇਂ ਤੋਂ, ਲਗਭਗ 1.5 ਦਹਾਕੇ ਤੋਂ ਸਾਡੀ ਕਬੱਡੀ ਦੀ ਖੇਡ ਦੇ ਨਾਲ ਜੁੜਿਆ ਹੋਇਆ ਹੈ, ਔਰ ਸਾਡੇ ਮਹਾਂਪੁਰਸ਼ ਬਾਬਾ ਮੋਨੀ ਰਾਮ ਜੀ ਦੀ ਅਪਾਰ ਕਿਰਪਾ ਦੇ ਨਾਲ ਉਹ ਲੰਮੇ ਸਮੇਂ ਤੋਂ ਗਊਆਂ ਦੀ ਸੇਵਾ ਕਰਦਾ ਵੀ ਆ ਰਿਹਾ ਸੀਗਾ। ਗਊਆਂ ਦਾ ਸੇਵਾਦਾਰ, ਕਬੱਡੀ ਦਾ ਸੇਵਾਦਾਰ, ਕਬੱਡੀ ਦਾ ਖਿਡਾਰੀ, ਸਾਡੇ ਸਮਾਜ ਦੇ ਵਿੱਚ ਵਿਚਰਨ ਵਾਲਾ ਇੱਕ ਬਹੁਤ ਵਧੀਆ ਇਨਸਾਨ, ਜਿਹੜਾ ਉਹ 12 ਮਈ 2019 ਨੂੰ ਸਾਨੂੰ ਸਦਾ ਲਈ ਵਿਛੋੜਾ ਦੇ ਗਿਆ। ਸੋ ਅੱਜ ਉਹਨੂੰ ਸ਼ਰਧਾਂਜਲੀ ਦੇਣ ਦੇ ਲਈ ਇਲਾਕੇ ਭਰ ਦੇ ਕਬੱਡੀ ਦੇ ਪ੍ਰੇਮੀ, ਇਕੱਲਾ ਪੰਜਾਬ ਨਹੀਂ ਨਾਲ ਹਰਿਆਣਾ ਵੀ ਜਿਹੜਾ ਬਹੁਤ ਵੱਡੀ ਤਾਦਾਦ ਦੇ ਵਿੱਚ ਆਇਆ, ਔਰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਆਈਆਂ, ਹਲਕਾ ਛਤਰਾਣਾ ਦੇ ਵਿਧਾਇਕ ਸਰਦਾਰ ਨਿਰਮਲ ਸਿੰਘ ਜੀ ਉਹ ਵੀ ਸਾਡੇ ਵਿਚਕਾਰ ਆਏ ਹੈ। ਸਭ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਰਦਾਰ ਨਿਰਮਲ ਸਿੰਘ ਜੀ, ਹਲਕਾ ਛਤਰਾਣਾ ਦੇ ਵਿਧਾਇਕ, ਉਹ ਮੈਚ ਦੇ ਉੱਤੇ ਆਉਣਗੇ ਔਰ ਇਸ ਦੁੱਖ ਦੀ ਘੜੀ ਦੇ ਵਿੱਚ ਬਿੱਟੂ ਦਗਾਲ ਦੇ ਪਰਿਵਾਰ ਦੀ ਜ਼ਰੂਰ ਹੌਸਲਾ ਅਫਜਾਈ ਕਰਨਗੇ। ਸਤਿਕਾਰਯੋਗ ਸ੍ਰੀ ਗਰਭ ਪ੍ਰਾਣ ਜੀ ਦੀ ਤਾਬਿਆਂ 'ਚ ਬੈਠੇ ਹੋਏ ਪੰਡਿਤ ਜੀ ਔਰ ਪੰਡਾਲ ਦੇ ਵਿੱਚ ਬੈਠੇ ਹੋਏ ਸਾਰੇ ਮਾਈ ਭਾਈ ਸੰਗਤ ਦੇ ਰੂਪ ਵਿੱਚ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਦੁਖਦਾਈ ਸਮੇਂ 'ਤੇ ਆਪਾਂ ਸਾਰੇ ਸ੍ਰੀ ਗੁਰੂ ਗ੍ਰੰਥ ਜੀ ਦੇ ਤਾਬਿਆਂ 'ਚ ਇਕੱਠੇ ਹੋਏ ਹਾਂ, ਕਿਉਂਕਿ ਆਪਣੇ ਬਹੁਤ ਹੀ ਹਰਮਨ ਪਿਆਰੇ, ਸਾਡੇ ਇਸ ਇਲਾਕੇ ਦਾ ਮਾਣ, ਸਾਡੇ ਪੰਜਾਬ ਦਾ ਮਾਣ, ਸਾਡੀ ਇੰਡੀਆ ਦਾ ਮਾਣ, ਬਿੱਟੂ ਦਗਾਲ ਜੀ ਜਿਹਨੇ ਆਪਣਾ ਕਬੱਡੀ ਦੇ ਖੇਤਰ ਦੇ ਵਿੱਚ ਆਪਣਾ ਨਾਮ ਕਮਾਇਆ ਔਰ ਪਰਿਵਾਰ ਦਾ ਨਾਂ ਉੱਚਾ ਕੀਤਾ, ਪਿੰਡ ਦਾ ਨਾਂ ਉੱਚਾ ਕੀਤਾ, ਪੰਜਾਬ ਦਾ ਨਾਂ ਉੱਚਾ ਕੀਤਾ, ਉਹ ਆਪਾਂ ਨੂੰ ਪਿਛਲੇ ਕੁਝ ਦਿਨ ਪਹਿਲਾਂ ਸਰੀਰਕ ਤੌਰ 'ਤੇ ਸਦੀਵੀ ਵਿਛੋੜਾ ਦੇ ਕੇ ਚਲੇ ਗਏ। ਪਰਿਵਾਰ, ਉਹਨਾਂ ਦੀ ਧਰਮ ਪਤਨੀ ਬੀਬਾ ਜੀ, ਉਹਨਾਂ ਦੇ ਭਰਾ, ਭੈਣਾਂ, ਛੋਟਾ ਬੱਚਾ, ਉਹਦੇ ਇਹੋ ਜਿਹੇ ਨਾਮ ਵਾਲੇ ਇਨਸਾਨ ਬਹੁਤ ਘੱਟ ਹੁੰਦੇ ਨੇ ਜਿਹੜੇ ਖੇਡਾਂ ਦੇ ਖੇਤਰ 'ਚ ਆ ਕੇ ਆਪਣਾ ਨਾਮ ਕਮਾਉਣ। ਉਹਨਾਂ ਵਿੱਚੋਂ ਇੱਕ ਬਿੱਟੂ ਦਗਾਲ ਜੀ ਸਨ, ਚਾਹੇ ਸਾਰਾ ਪਰਿਵਾਰ ਹੀ, ਉਹਦੇ ਵੱਡੇ ਭਰਾ ਜੋ ਸਰਪੰਚ ਰਹੇ ਲਕਾਲ ਸਿੰਘ ਜੀ, ਉਹ ਵੀ ਕਬੱਡੀ ਦੇ ਖੇਤਰ 'ਚ ਉਹਨਾਂ ਨੇ ਮੱਲਾਂ ਮਾਰੀਆਂ।
ਉਹਨਾਂ ਦੇ ਦੂਜੇ ਵੱਡੇ ਭਰਾ ਨੇ ਵੀ ਕਬੱਡੀ ਦੇ ਖੇਤਰ 'ਚ ਮੱਲਾਂ ਮਾਰੀਆਂ। ਸਾਰੇ ਹੀ ਪਰਿਵਾਰ ਨੇ ਕਬੱਡੀ ਦੇ ਖੇਤਰ 'ਚ ਆਪਣਾ ਨਾਮ ਕਮਾਇਆ, ਪਰ ਉਹ ਬਦਸ਼ਗਨ ਐਸੀ ਬਦਸ਼ਗਨੀ ਹੋਈ, ਇੰਨਾ ਉਹ ਮਾੜਾ ਦਿਨ ਚੜ੍ਹਿਆ, ਇਹ ਨੌਜਵਾਨ ਸਿਰ ਦੀ ਨਾੜੀ ਫਟਣ ਕਾਰਨ ਕੋਮਾ ਚਲਾ ਗਿਆ, ਜਿਹਨੂੰ ਬਚਾਉਣ ਦੇ ਲਈ ਪਰਿਵਾਰ ਨੇ ਸੰਗੇ ਸਾਥੀਆਂ ਨੇ ਬੜਾ ਯਤਨ ਕੀਤਾ, ਪਰ ਮੌਤ ਜਿੱਤ ਗਈ। ਬਿੱਟੂ ਔਰ ਸਾਰਾ ਪਰਿਵਾਰ ਸਾਥੀ ਸੰਗੀ ਸਾਥੀ ਹਾਰ ਗਏ ਅਤੇ ਉਹ ਅੱਜ ਉਹਨਾਂ ਦੀ ਭੋਗ ਦੀ ਰਸਮ ਹੈ। ਹਰ ਬੰਦਾ ਜਿੰਨਾ ਜਿੰਨਾ ਉਹਨਾਂ ਦਾ ਸੰਬੰਧ ਸੀ ਉਹਨਾਂ ਉਹਨਾਂ ਦੁੱਖ ਆਪਣੇ ਦਿਲ ਵਿੱਚ ਸਮਾਈ ਬੈਠਾ ਹੈ, ਕਿਉਂਕਿ ਉਹ ਕੋਈ ਇੱਕ ਆਮ ਆਦਮੀ ਨਹੀਂ ਸਨ। ਅੱਜ ਕਈ ਆ ਜਿੰਨੇ ਲੋਕ ਆ ਰਹੇ ਨੇ ਕੋਈ ਰਿਸ਼ਤੇਦਾਰੀ ਨਹੀਂ ਆਈ ਜੀ ਉਹਦੇ ਨਾਲ, ਉਹਦੀ ਮੁਹੱਬਤ, ਉਹਦਾ ਪਿਆਰ, ਉਹਦਾ ਸਤਿਕਾਰ ਲੋਕ ਆਪਣੇ ਦਿਲ ਵਿੱਚ ਲੈ ਕੇ ਦੁਖੀ ਮਨ ਦੇ ਨਾਲ ਅੱਜ ਸ਼ਰਧਾ ਔਰ ਸਤਿਕਾਰ ਦੇਣ ਲਈ ਆ ਰਹੇ ਨੇ। ਮਹਾਰਾਣੀ ਸਾਹਿਬ ਨੇ, ਮੈਂ ਸਵੇਰੇ ਉਹਨਾਂ ਨਾਲ ਗੱਲ ਕੀਤੀ ਸੀ, ਮੈਂ ਕਿਹਾ ਜੀ ਤੁਹਾਡੇ ਵੱਲੋਂ ਕੁਛ ਕਹਿਣਾ, ਤੁਸੀਂ ਦਿੱਲੀ ਜਾ ਰਹੇ ਹੋ, ਉਹ ਕਹਿੰਦੇ ਵੀ ਪੰਜਾਬ ਸਰਕਾਰ ਵੱਲੋਂ ਔਰ ਮੇਰੇ ਵੱਲੋਂ ਪਰਿਵਾਰ ਨਾਲ ਸਲਾਹ ਕਰਕੇ ਜੋ ਪਰਿਵਾਰ ਕਹੇਗਾ ਉਸ ਤਰ੍ਹਾਂ ਦੀ ਜਿਹੜੀ ਉਹਦੀ ਯਾਦ ਸਦੀਵੀ ਰਹਿ ਸਕੇ, ਜਿਹੜੀ ਇਸ ਜਵਾਨ ਦੀ ਇਸ ਗੱਭਰੂ ਦੀ ਯਾਦਾਸ਼ਤ ਬਣੀ ਰਹੇ, ਅਸੀਂ ਯਾਦ ਕਰਦੇ ਰਹੀਏ ਵੀ ਇਹ ਯਾਦ ਕਿਹਦੀ ਯਾਦ ਦੇ ਵਿੱਚ ਕੁਛ ਬਣਿਆ ਹੈ, ਤਾਂ ਯਾਦ ਰਹੇ ਕਿ ਬਿੱਟੂ ਦਾ ਗਾਲ ਹਾਊਸ ਸੀਗੇ ਜੋ ਕਬੱਡੀ ਦੇ ਇੰਟਰਨੈਸ਼ਨਲ ਖਿਡਾਰੀ ਸੀ ਉਹਨਾਂ ਦੀ ਯਾਦ ਹੈ। ਸੋ ਮੈਂ ਆਪਣੇ ਆਪ ਕੁਛ ਨਹੀਂ ਕਹਿ ਸਕਦਾ, ਮੇਰੀ ਪਰਿਵਾਰ ਨੂੰ ਹੱਥ ਜੋੜ ਕੇ ਬੇਨਤੀ ਹੈ ਜੋ ਪਰਿਵਾਰ ਇੱਥੇ ਹੁਕਮ ਕਰੇਗਾ ਪੰਜਾਬ ਸਰਕਾਰ ਦੀ ਤਰਫੋਂ ਔਰ ਮਹਾਰਾਣੀ ਸਾਹਿਬ ਦੀ ਤਰਫੋਂ, ਉਹਨਾਂ ਦੀ ਯਾਦ ਦੇ ਵਿੱਚ ਜੋ ਪਰਿਵਾਰ ਕਹੇਗਾ ਉਹ ਬਣਾ ਦਿੱਤਾ ਜਾਵੇਗਾ ਉਹਨਾਂ ਦੀ ਯਾਦ ਨੂੰ ਸਮਰਪਿਤ। ਸੋ ਮੈਂ ਆਪਣੇ ਵੱਲੋਂ, ਆਪਣੀ ਪਾਰਟੀ ਵੱਲੋਂ ਉਸ ਪਰਮ ਮਿੱਤਰ, ਉਸ ਮਹਾਨ ਕਰਮਯੋਗੀ ਬਿੱਟੂ ਦਗਾਲ ਜੀ ਨੂੰ ਸ਼ਰਧਾ ਔਰ ਸਤਿਕਾਰ ਭੇਟ ਕਰਦਾ ਹੋਇਆ ਪਰਮਾਤਮਾ ਦੇ ਚਰਨਾਂ 'ਚ ਅਰਦਾਸ ਕਰਦਾ ਕਿ ਪਾਤਸ਼ਾਹ ਕਿਰਪਾ ਕਰਨੀ, ਇਸ ਤਪਸਵੀ, ਇਹ ਤਪਸਵੀ, ਇਹ ਜਿਹੜੇ ਲੋਕ ਹੁੰਦੇ ਨੇ ਤਪੱਸੀ ਹੁੰਦੇ ਨੇ, ਤਪ ਕਰਕੇ ਫਿਰ ਕੁਛ ਪ੍ਰਾਪਤ ਕਰਨਾ, ਤਪ ਕਈ ਕਿਸਮ ਦਾ ਹੁੰਦਾ ਹੈ। ਮਹਾਨ ਤਪ ਕਰਨ ਤੋਂ ਬਾਅਦ ਇਹਨਾਂ ਨੇ ਆਪਣਾ ਨਾਂ ਕਮਾਇਆ, ਸੋ ਸਾਡੇ ਤੋਂ ਹਮੇਸ਼ਾ ਹਮੇਸ਼ਾ ਲਈ ਚਲੇ ਗਏ। ਮੈਂ ਆਪਣੇ ਵੱਲੋਂ, ਆਪਣੇ ਹਲਕੇ ਦੇ ਲੋਕਾਂ ਵੱਲੋਂ, ਮਹਾਰਾਣੀ ਸਾਹਿਬ ਵੱਲੋਂ ਔਰ ਪਾਰਟੀ ਵੱਲੋਂ ਵਿਛੜੀ ਰੂਹ ਹਰਮਨ ਪਿਆਰੇ ਸਵਰਗਵਾਸੀ ਬਿੱਟੂ ਦਗਾਲ ਜੀ ਨੂੰ ਸ਼ਰਧਾ ਔਰ ਸਤਿਕਾਰ ਭੇਟ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸੀਗੇ ਸਰਦਾਰ ਨਿਰਮਲ ਸਿੰਘ ਜੀ ਔਰ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ।
ਦੀ ਸਮੁੱਚੀ ਟੀਮ ਦੇ ਵੱਲੋਂ ਪ੍ਰਧਾਨ ਸੁਰਜਨ ਸਿੰਘ ਜੀ ਜੱਠਾ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਜੀ, ਸਮੁੱਚੀ ਫੈਡਰੇਸ਼ਨ ਦੇ ਵੱਲੋਂ 50,000 ਰੁਪਏ ਦੀ ਰਾਸ਼ੀ ਜਿਹੜੀ ਉਹ ਬਿੱਟੂ ਦੇ ਪਰਿਵਾਰ ਦੇ ਲਈ ਆਈ ਹੈ। ਨੌਰਥ ਇੰਡੀਆ ਫੈਡਰੇਸ਼ਨ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ, ਕਿਉਂਕਿ ਵੱਖੋ ਵੱਖਰੇ ਸਮਿਆਂ ਦੇ ਵਿੱਚ ਬਿੱਟੂ ਜਿਹੜਾ ਨੌਰਥ ਫੈਡਰੇਸ਼ਨ ਦੇ ਬੈਨਰ ਦੇ ਹੇਠ ਕਦੇ ਸ਼ਹੀਦ ਬਚਨ ਸਿੰਘ ਅਕੈਡਮੀ ਦਿੜਵਾ ਦੇ ਲਈ, ਕਦੇ ਬਾਬਾ ਸੁਖਚੈਨ ਦਾਸ ਕਬੱਡੀ ਕਲੱਬ ਸ਼ਾਹਕੋਟ ਦੇ ਲਈ, ਹੋਰ ਵੀ ਬਹੁਤ ਸਾਰੀਆਂ ਕਲੱਬਾਂ ਦੇ ਲਈ ਵੱਖੋ ਵੱਖਰੇ ਸਮੇਂ ਦੇ ਵਿੱਚ ਜਿਹੜਾ ਬਿੱਟੂ ਖੇਡਦਾ ਰਿਹਾ, ਨੌਰਥ ਫੈਡਰੇਸ਼ਨ ਦਾ ਵੀ ਧੰਨਵਾਦ ਹੈ। ਔਰ ਹਲਕਾ ਛਤਰਾਣਾ ਦੇ ਸਾਬਕਾ ਵਿਧਾਇਕ ਬੀਬੀ ਮਨਿੰਦਰ ਕੌਰ ਲੂੰਬਾ, ਉਹ ਵੀ ਆਪਣੀ ਟੀਮ ਦੇ ਨਾਲ ਇਸ ਦੁੱਖ ਦੀ ਘੜੀ ਦੇ ਵਿੱਚ ਆਏ ਹੈ। ਮੈਂ ਬੇਨਤੀ ਕਰਾਂਗਾ 2 ਮਿੰਟ ਦੇ ਲਈ ਬੀਬੀ ਮਨਿੰਦਰ ਕੌਰ ਲੂੰਬਾ ਜੀ, ਉਹ ਵੀ ਜ਼ਰੂਰ ਮੈਕ ਦੇ ਉੱਤੇ ਆਉਣਗੇ। ਉਸੇ ਤਰ੍ਹਾਂ ਚੱਲ ਕੇ
ਅੱਗੇ ਵਧਾਉਣ, ਤਾਂ ਜੋ ਅੱਜ ਸਮਾਜ ਨੂੰ ਬਹੁਤ ਵੱਡੀ ਲੋੜ ਆ ਕਿ ਜਿਹੜੀ ਜਵਾਨੀ ਆ ਇਹਨੂੰ ਸਿੱਧੇ ਪਾਸੇ ਲਿਜਾਇਆ ਜਾ ਸਕੇ ਅਤੇ ਕਾਮਯਾਬੀ ਵੱਲ ਨੂੰ ਇਹਨੂੰ ਲਿਜਾ ਕੇ ਤਾਂ ਜਿਹੜਾ ਇੱਕ ਵਧੀਆ ਸਮਾਜ ਸਿਰਜਿਆ ਜਾ ਸਕੇ। ਅਤੇ ਮੈਂ ਤੁਸੀਂ ਮੈਨੂੰ ਇੱਕ ਸੇਵਾ ਸੌਂਪੀ ਸੀ ਪਿਛਲੇ 5 ਸਾਲ ਇੱਥੋਂ ਸੰਗਤਾਂ ਨੇ, ਉਹ ਮੈਂ ਆਪਣੀ ਪੈਨਸ਼ਨ ਦੇ ਵਿੱਚੋਂ ਜਿਹੜਾ 1,00,000 ਰੁਪਏ ਦਾ ਚੈੱਕ ਅੱਜ ਬਿੱਟੂ ਦੇ ਪਰਿਵਾਰ ਨੂੰ ਦਿੰਦੀ ਹਾਂ। ਅਤੇ ਮੈਂ ਆਪਣੀ ਪਾਰਟੀ ਵੱਲੋਂ, ਆਪਣੇ ਵੱਲੋਂ, ਆਪਣੇ ਪਰਿਵਾਰ ਵੱਲੋਂ ਜਿਹੜਾ ਸ਼ਰਧਾ ਦੇ ਫੁੱਲ ਭੇਟ ਕਰਦੀ ਹਾਂ ਅਤੇ ਇਹ ਪਰਮਾਤਮਾ ਅੱਗੇ ਅਰਦਾਸ ਕਰਦੀ ਹਾਂ ਕਿ ਪਰਮਾਤਮਾ ਇਸ ਵਿਛੜੀ ਹੋਈ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ੀ ਅਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਅਤੇ ਹਮੇਸ਼ਾ ਪਰਿਵਾਰ ਦੇ ਨਾਲ ਖੜ੍ਹਨ ਦਾ ਜਿਹੜਾ ਇੱਕ ਵਚਨ ਦਿੰਦੀ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਦੀਦੀ ਮਨਿੰਦਰ ਕੌਰ ਲੂੰਬਾ ਜੀ। ਇਸ ਤੋਂ ਬਾਅਦ ਹਲਕਾ ਲਹਿਰਾ ਦੇ ਵਿਧਾਇਕ ਸਰਦਾਰ ਪਰਮਿੰਦਰ ਸਿੰਘ ਢੀਂਸਾ ਜੀ ਕੁਝ ਕਾਰਨਾਂ ਦੇ ਕਰਕੇ ਨਹੀਂ ਆ ਸਕੇ, ਉਹਨਾਂ ਵੱਲੋਂ ਜਿਹੜਾ ਸੋਗ ਮਤਾ ਵੀ ਆਇਆ ਔਰ ਉਹਨਾਂ ਦੀ ਹਾਜ਼ਰੀ ਲਗਵਾਉਣ ਦੇ ਲਈ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਸਰਦਾਰ ਸਤਿਗੁਰ ਸਿੰਘ ਜੀ ਮਨੋਲ ਆਏ ਹੈ। ਸਤਿਗੁਰ ਸਿੰਘ ਜੀ ਮੈਂ ਬੇਨਤੀ ਕਰਾਂਗਾ 2 ਮਿੰਟ ਲਈ ਜ਼ਰੂਰ ਮੈਚ ਦਿੱਤੇ ਆ। ਬਿੱਟੂ ਜਗਾਲ ਛੋਟੇ ਵੀਰ ਦੀ ਅੰਤਮ ਅਰਦਾਸ ਸਿੰਚਾਈ ਸੰਗਤ, ਸਭ ਤੋਂ ਪਹਿਲਾਂ ਬੁਲਾਓ ਫਤਿਹ ਆਖੋ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਘੱਲੇ ਆਏ ਨਾਨਕਾ ਸਦੇ ਉੱਚ ਜਾਏ ਦੇ ਮਹਾਂਵਾਕ ਅਨੁਸਾਰ ਇਸ ਦੁਨੀਆਂ 'ਤੇ ਬਿੱਟੂ ਆਇਆ ਅਤੇ ਚਲਿਆ ਗਿਆ, ਪਰ ਰਹਿ ਕੇ ਜੋ ਮੇਰੇ ਛੋਟੇ ਵੀਰ ਨੇ ਲੋਕਾਂ ਦੇ ਵਿੱਚ ਪਿਆਰ ਅਤੇ ਖੇਡ ਨੂੰ ਦੁਨੀਆਂ ਦੇ ਵਿੱਚ ਲੈ ਕੇ ਗਏ, ਇਹ ਹਮੇਸ਼ਾ ਉਹਦੀ ਯਾਦ ਅਤੇ ਪਿਆਰ ਹਮੇਸ਼ਾ ਮਿੱਤਰਾਂ ਅਤੇ ਉਹ ਖਿਡਾਰੀਆਂ ਦੇ ਮਨ ਦੇ ਵਿੱਚ ਨਹੀਂ ਜਾ ਸਕਦਾ। ਅਤੇ ਮੈਂ ਉਹ ਮਾਤਾ ਅਤੇ ਉਹ ਪਿਤਾ ਨੂੰ ਵੀ ਨਮਸਕਾਰ ਕਰਦਾ ਜਿਹਨੇ ਅਜਿਹੇ ਪੁੱਤਰ ਨੂੰ ਜਨਮ ਦਿੱਤਾ ਅਤੇ ਅੱਜ ਉਸਨੇ ਜਾਣਾ ਤਾਂ ਇਸ ਦੁਨੀਆਂ 'ਤੇ ਜਿਹੜਾ ਆਉਂਦਾ ਉਹ ਚਲਿਆ ਜਾਂਦਾ, ਪਰ ਇਹੀ ਉਮਰ ਦੇ ਵਿੱਚ ਜਾਣਾ ਪਰਮਾਤਮਾ ਦੇ ਅੱਗੇ ਕੋਈ ਜ਼ੋਰ ਨਹੀਂ, ਕਿਉਂਕਿ ਪਰਮਾਤਮਾ ਦੇ ਹੱਥ ਵੱਸ ਜੋ ਚਾਹੁੰਦਾ ਉਹ ਹੁੰਦਾ। ਪਰ ਅੱਜ ਸਾਡੇ ਵੀਰ ਦਾ ਜਾਣਾ ਸਾਡੀ ਉਹ ਖੇਡ ਦਾ ਬਹੁਤ ਵੱਡਾ ਘਾਟਾ, ਜਿੱਥੇ ਪਰਿਵਾਰ ਨੂੰ ਪਿਆ ਉੱਥੇ ਸਾਡੇ ਸਾਰੇ ਖਿਡਾਰੀ ਵੀਰਾਂ ਨੂੰ ਵੀ ਬਹੁਤ ਵੱਡਾ ਘਾਟਾ ਪਿਆ, ਪਰ ਘਾਟਾ ਪਰਮਾਤਮਾ ਦਾ ਪਾਉਣਾ ਉਹ ਮਿਲਣਾ ਪੈਣਾ। ਮੈਂ ਆਪਦੇ ਵੱਲੋਂ ਸਰਦਾਰ ਪਰਮਿੰਦਰ ਸਿੰਘ ਢੀਂਸਾ ਜੀ, ਸੁਖਦੇਵ ਸਿੰਘ ਢੀਂਸਾ ਜੀ ਵੱਲੋਂ ਸ਼ਰਧਾ ਦੇ ਫੁੱਲ ਭੇਟ ਕਰਦਾ ਅਤੇ ਪਰਮਾਤਮਾ ਦੇ ਅੱਗੇ ਅਰਦਾਸ ਕਰਦੇ ਕਿ ਸੱਚੇ ਪਾਤਸ਼ਾਹ ਤੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ੀ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੀ ਅਤੇ ਸਰਦਾਰ ਸੁਖਦੇਵ ਸਿੰਘ ਢੀਂਸਾ ਜੀ ਦੇ ਰਾਜ ਸਭਾ ਦੇ ਕੋਟੇ ਦੇ ਵਿੱਚੋਂ 2,00,000 ਰੁਪਇਆ ਉਹਦੀ ਯਾਦ ਦੇ ਵਿੱਚ ਜਿੱਥੇ ਵੀ ਪਰਿਵਾਰ ਚਾਹੂਗਾ। ਉਪ ਮੰਤਰੀ ਜੀ ਨੇ ਸੰਦੇਸ਼ ਦਿੱਤਾ ਸੀ, ਅਸੀਂ ਉਸ ਨੂੰ ਸੁਣਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਰ ਮੈਂ 1 ਮਿੰਟ ਦੇ ਲਈ ਮੈਂ ਕਿਤੇ ਆਉਣ ਲਈ ਬੇਨਤੀ ਕਰਾਂਗਾ ਸੀਨੀਅਰ ਬੀ ਜੇ ਪੀ ਆਗੂ ਸ਼੍ਰੀ ਰਮੇਸ਼ ਕੁਮਾਰ ਕੁੱਕੂ ਜੀ। ਗੁਰਦੁਆਰਾ ਸਾਹਿਬ ਵਿੱਚ ਸਟੇਟ ਦੇ ਸੋਲਰ ਦਾ ਦਿਨ ਪੰਡਿਤ ਜੀ
ਉਸ ਅਗਲੇ ਸੱਜੇ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ ਪੰਜਾਬ ਹਰਿਆਣਾ ਔਰ ਬਹੁਤ ਦੂਰੋਂ ਦੂਰੋਂ ਆਈ ਸੰਗਤ ਵੱਖ ਵੱਖ ਪਾਰਟੀਆਂ ਦੇ ਲੀਡਰ ਸਾਹਿਬਾਂ ਕਿਸੇ ਸ਼ਾਇਦ ਨੇ ਕਿਹਾ ਨਹੀਂ ਉਹ ਲੱਭਣੇ ਲਾਲ ਗੁਆਚੇ ਮਿੱਟੀ ਨਾਲ ਫਰੋਲ ਜੋੜੀ ਹੈ ਲੋਕ ਸੰਘਰਸ਼ ਦੇ ਵਿੱਚੋਂ ਪੈਦਾ ਹੋਇਆ ਨੌਜਵਾਨ ਆਪਣੀ ਮਿਹਨਤ ਨਾਲ ਗੁਰੂ ਕਿਰਪਾ ਨਾਲ ਸੰਘਰਸ਼ ਕਰਦੇ ਹੋਏ ਇਸ ਪਰਿਵਾਰ 'ਚੋਂ ਆਪਣੇ ਇਲਾਕੇ ਦਾ ਏਰੀਆ ਦਾ ਔਰ ਖਾਸ ਕਰਕੇ ਪੰਜਾਬ ਦਾ ਨਾਂ ਚੁਕਾਉਣ ਵਾਲੇ ਇਸ ਯੋਧੇ ਨੇ ਬਹੁਤ ਥੋੜ੍ਹਾ ਸਮਾਂ ਇਸ ਧਰਤੀ 'ਤੇ ਆਪਣਾ ਨਾਂ ਕਮਾਇਆ ਮੈਨੂੰ ਯਾਦ ਹੈ 2003 ਦੇ ਵਿੱਚ ਜਦੋਂ ਬਿੱਟੂ ਦਗਾਲ ਖੇਡ ਕੇ ਆਇਆ ਸੀਗਾ ਪਿੰਡ 'ਚ ਬੜਾ ਖੁਸ਼ੀ ਦਾ ਮਾਹੌਲ ਸੀ ਔਰ ਸ਼ੁਰੂ ਤੋਂ ਹੀ ਇੱਕ ਨਿਮਰਤਾ ਸੀ ਭਾਵੇਂ ਪਰਿਵਾਰ ਸ਼ੁਰੂ ਤੋਂ ਹੀ ਖਿਡਾਰੀ ਹੈ ਔਰ ਸ਼ੁਰੂ ਤੋਂ ਹੀ ਖੇਡਾਂ ਦੇ ਵਿੱਚ ਦਿਲਚਸਪੀ ਰੱਖਦੇ ਨੇ ਲੱਖਾ ਸਿੰਘ ਕਬੱਡੀ ਖਿਡਾਰੀ ਹੈ ਇਹਨਾਂ ਦਾ ਚਾਚਾ ਵੀ ਘੋਲਾ ਦੇ ਵਿੱਚ ਜਾਂਦਾ ਸੀ ਔਰ ਸਰਪੰਚ ਵੀ ਰਿਹਾ ਲੇਕਿਨ ਜੋ ਮੈਂ ਗੱਲ ਕਹੀ ਹੈ ਲੋਕ ਸੰਘਰਸ਼ ਦੇ ਵਿੱਚੋਂ ਆਪਣੀ ਮਿਹਨਤ ਨਾਲ ਜਿਹੜੇ ਲੋਕ ਇਹ ਕੋਈ ਨੋਮੀਨੇਸ਼ਨ ਨਹੀਂ ਹੋਇਆ ਕਿਸੇ ਸਰਕਾਰ ਵੱਲੋਂ ਕਿਸੇ ਪਾਰਟੀ ਵੱਲੋਂ ਜਿਹੜੇ ਲੋਕ ਸੰਘਰਸ਼ ਦੇ ਵਿੱਚ ਕੁੱਦਦੇ ਨੇ ਔਰ ਆਪਣੀ ਮਿਹਨਤ ਦੇ ਨਾਲ ਆਪਣੇ ਇਲਾਕੇ ਦਾ ਆਪਣੇ ਦੇਸ਼ ਦਾ ਆਪਣੀ ਕੌਮ ਦਾ ਨਾਂ ਚਮਕਾਉਂਦੇ ਨੇ ਉਹ ਦੁਨੀਆਂ ਦੇ ਵਿੱਚ ਸਦਾ ਹੀ ਅਮਰ ਹੋਏ ਬੇਸ਼ੱਕ ਉਹ ਘੱਟ ਹੀ ਹੋਣ ਚਾਹੇ ਵੱਧ ਹੋਣ ਲੇਕਿਨ ਲੋਕ ਉਹਨਾਂ ਨੂੰ ਹਮੇਸ਼ਾ ਦੁਨੀਆਂ ਰਹਿੰਦੀ ਤੱਕ ਯਾਦ ਕਰਦੇ ਨੇ ਮੈਂ ਜਦੋਂ ਸੰਸਕਾਰ 'ਤੇ ਗਿਆ ਉੱਥੇ ਬੜੀ ਗੱਲਾਂ ਕਰਦੇ ਸੀਗੇ ਕਈ ਨੌਜਵਾਨ ਕਈ ਸਿਆਣੇ ਬੰਦੇ ਅਤੇ ਕਹਿੰਦੇ ਵੀ ਜਿਸ ਤਰ੍ਹਾਂ ਬਹੁਤ ਧਾਰਮਿਕ ਪ੍ਰਵਿਰਤੀ ਦਾ ਸੀ ਬਿੱਟੂ ਜਗਾਲ ਪਰਿਵਾਰ ਔਰ ਗਊ ਸੇਵਾ ਕਰਦਾ ਸੀ ਔਰ ਖਾਸ ਕਰਕੇ ਬਾਬਾ ਮੋੜੀ ਜੀ ਦੇ ਲੰਘ ਲੱਗੇ ਹੋਏ ਸੀਗੇ ਉਹ ਮੁੰਡੀ ਸੇਵਾ ਕਰਦੇ ਸੀਗੇ ਗਊਸ਼ਾਲਾ ਦੀਆਂ ਜੋ ਬਾਬਾ ਮੁੰਡੀ ਜੀ ਕਹਿੰਦੇ ਕਦੇ ਇਹਨਾਂ ਨੂੰ ਉਹਨਾਂ ਦੇ ਮੂੰਹੋਂ ਗੱਲ ਮੋੜੀ ਦੀ ਸੀ ਔਰ ਕਹਿੰਦੇ ਵੀ ਇਸ ਤਰ੍ਹਾਂ ਦਾ ਤਕਲੀਫ ਆਈ ਪਰਿਵਾਰ 'ਤੇ ਮੈਂ ਕਹਿ ਰਹੀ ਇਤਿਹਾਸ ਕੱਟ ਕੇ ਦੇਖ ਲਓ ਅੱਜ ਬਹੁਤ ਯੋਧਾ ਸੀ ਔਰ ਜਿਹੜਾ ਅਭਿਮਨਿਊ ਸੀਗਾ ਉਹਦਾ ਇੱਕ ਬੇਟਾ ਉਹ ਉਸ ਤੋਂ ਵੀ ਮਹਾਨ ਯੋਧਾ ਸੀ ਉਹ ਇੱਕ ਤੀਰ ਨਾਲ ਹਜ਼ਾਰਾਂ ਬੰਦਿਆਂ ਨੂੰ ਇੱਕ ਬਿੰਨ ਦੀ ਸਮਰੱਥਾ ਰੱਖਦਾ ਸੀ ਲੇਕਿਨ ਜਦੋਂ ਕੈਰਵਾ ਪਾਂਡਵਾਂ ਦਾ ਜੰਗ ਹੋਈ ਔਰ ਅਭਿਮਨਿਊ ਘਿਰ ਗਿਆ ਤਾਂ ਉਹ ਐਡਾ ਮਹਾਨ ਯੋਧਾ ਉਸ ਚੱਕਰ ਵਿੱਚੋਂ ਨਿਕਲ ਨਹੀਂ ਸਕਿਆ ਔਰ ਉਹਦਾ ਪਿਤਾ ਅਰਜਨ ਜਿਹੜਾ ਇੱਕ ਮਹਾਨ ਯੋਧਾ ਸੀ ਆਪਣੇ ਇੱਕੋ ਇੱਕ ਔਲਾਦ ਨੂੰ ਬਚਾ ਨਹੀਂ ਸਕਿਆ ਸੋ ਮੇਰੇ ਕਹਿਣ ਤੋਂ ਭਾਵ ਇਹ ਹੈ ਕਿ ਜੋ ਲੋਕ ਰੱਬ ਦੀ ਸੇਵਾ ਕਰਦੇ ਨੇ ਜੋ ਧਾਰਮਿਕ ਪ੍ਰਵਿਰਤੀ 'ਚ ਵਿਚਰਦੇ ਨੇ ਲੋਕਾਂ ਦੀ ਸੇਵਾ ਕਰਦੇ ਨੇ ਕਸ਼ਟ ਵੀ ਉਹਨਾਂ 'ਤੇ ਹੀ ਆਉਂਦਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਉਹ ਲੋਕ ਜਿਹੜੇ ਹੈਗੇ ਆ ਹਮੇਸ਼ਾ ਇਸ ਸਥਿਤੀ 'ਤੇ ਜਿਹੜੇ ਅਮਰ ਹੋ ਜਾਂਦੇ ਨੇ ਲੋਕ ਉਹਨਾਂ ਨੂੰ ਰਹਿੰਦੀ ਦੁਨੀਆਂ ਤੱਕ ਯਾਦ ਰੱਖਦੇ ਨੇ ਮੈਂ ਆਪਣੇ ਵੱਲੋਂ ਆਪਣੀ ਪਾਰਟੀ ਵੱਲੋਂ ਆਪਣੀ ਸੰਸਥਾ ਵੱਲੋਂ ਉਸ ਮਹਾਨ ਆਗੂ ਨੂੰ ਸ਼ਰਧਾ ਦੇ ਰੂਪ ਭੇਟ ਕਰਦਾ ਹੈ ਈਸ਼ਵਰ ਦੀ ਪ੍ਰਾਰਥਨਾ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਨੂੰ ਸਥਾਨ ਦੇਵੇ ਅਤੇ ਉਹਨਾਂ ਦੇ ਸਕੇ ਸੰਬੰਧੀਆਂ ਨੂੰ ਅਤੇ ਲੱਖਾਂ ਪ੍ਰਸ਼ੰਸਕਾਂ ਨੂੰ ਉਹਨਾਂ ਨੂੰ ਸ਼ਕਤੀ ਸੈਨ ਜੀ ਬਲਬਖਸ਼ ਓਮ ਸ਼ਾਂਤੀ ਓਮ ਸ਼ਾਂਤੀ ਜੈ ਸ਼੍ਰੀ
ਇਹ ਸੀਗੇ ਸਾਡੇ ਰਮੇਸ਼ ਕੁਮਾਰ ਜੀ ਬਾਪੂ ਔਰ ਪੁਰਸ਼ੋਤਮ ਸਿੰਘਲਾ ਜੀ ਸ਼ਿਵ ਸੈਨਾ ਜ਼ਿਲ੍ਹਾ ਪ੍ਰਧਾਨ ਬੀਜੇਪੀ ਆਗੂ ਜਿੱਥੇ ਪੰਜਾਬ ਕਬੱਡੀ ਅਕੈਡਮੀ ਦੇ ਜਨਰਲ ਸੈਕਟਰੀ ਮੱਖਣ ਸਿੰਘ ਜੀ ਸਾਡੇ ਵਿਚਕਾਰ ਆਏ ਹੈ, ਨਰਿੰਦਰ ਕੁਮਾਰ ਜੀ ਸਿੰਘਲਾ ਪ੍ਰਧਾਨ ਨਗਰ ਕੌਂਸਲ ਪੱਟਦਾ, ਅੰਮ੍ਰਿਤਪਾਲ ਸਿੰਘ ਜੀ ਕਾਲੇਗਾ ਪ੍ਰਧਾਨ ਪੱਟ ਜ਼ਮੀਨ ਪੱਟਦਾ, ਉੱਥੇ ਹੋਰ ਵੀ ਬਹੁਤ ਸਾਰੀਆਂ ਸ਼ਖਸੀਅਤਾਂ ਪ੍ਰੋਫੈਸਰ ਮਦਨ ਲਾਲ ਜੀ ਗੁਰਵਿੰਦੀ ਔਰ ਸਰਦਾਰ ਹਰਪ੍ਰੀਤ ਸਿੰਘ ਜੀ ਮਲੂਕਾ ਭਾਰਤੀ ਟੀਮ ਦੇ ਕੋਚ, ਜਿੱਥੇ ਹੋਰ ਬਹੁਤ ਕਬੱਡੀ ਨਾਲ ਜੁੜੀਆਂ ਹੋਈਆਂ ਸਰਕਾਰ ਦੀ ਸ਼ਖਸੀਅਤਾਂ ਸਾਡੇ ਵਿਚਕਾਰ ਆਈਆਂ, ਕਾਲਾ ਗਾਜ਼ੀਆਂ ਨੇ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਕਨੇਡਾ, ਅਜਮੇਰ ਦਲਾਲ ਕਬੱਡੀ ਖਿਡਾਰੀ ਕਨੇਡਾ, ਇੰਦਰਜੀਤ ਸਰਪੰਚ ਯੂ ਐੱਸ ਏ, ਹਨੀ ਨਹਿਰ ਯੂ ਐੱਸ ਏ ਅਤੇ ਬਧੀਰ ਸਿੰਘ ਜੀ ਸਰਾਵਲ। ਔਰ ਹੁਣ ਮੈਂ ਬੇਨਤੀ ਕਰਾਂਗਾ ਸ਼ਹੀਦ ਬਚਨ ਸਿੰਘ ਅਕੈਡਮੀ ਜਿਹੜਾ ਦੇ ਚੇਅਰਮੈਨ ਕਬੱਡੀ ਪ੍ਰਮੋਟਰ ਸ਼੍ਰੀ ਕਰਨ ਧਵਾਨ ਕਨੇਡਾ ਜੀ 2 ਮਿੰਟ ਦੇ ਲਈ ਮੈਚ ਦਿੱਤੇ ਆਉਣਗੇ ਇਸ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਜ਼ਰੂਰ ਆਪਣੇ ਵਿਚਾਰ ਸਾਂਝੇ ਕਰਨ। ਸ਼ਿਵ ਮੰਦਰ ਵਿੱਚ ਗਰੜ ਪ੍ਰਾਣ ਦੀ ਹਾਜ਼ਰੀ ਜੁੜ ਬੈਠੀ ਸੁੱਚੀ ਸੁੱਚੀ ਸਾਹਿਬ ਜੀ, ਸਭ ਤੋਂ ਪਹਿਲਾਂ ਗੁਰੂ ਜੀ ਫਤਿਹ ਸਿੰਘ ਜੀ ਕਰੋ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਸਾਹਿਬ ਦੇ ਮਹਾਂਵਾਕਾਂ ਅਨੁਸਾਰ ਇਕੱਲੇ ਵਾਲੇ ਨਾਨਕਾ ਸੱਜੇ ਉੱਠੇ ਜਾਏ, ਤੁਸੀਂ ਅੱਜ ਸਾਰੇ ਉਸ ਨੌਜਵਾਨ ਬਿੱਟੂ ਦਗਾਲ ਦੀ ਆਤਮ ਅਰਦਾਸ ਵਿੱਚ ਸ਼ਾਮਿਲ ਹੋ ਰਹੇ ਹਨ। ਬਿੱਟੂ ਨਾਲ ਮੇਰਾ ਜੋ ਬਹੁਤ ਲੰਬੇ ਸਮੇਂ ਤੋਂ ਸਹਿਚਾਰ ਸੀ, 2005 ਦੇ ਵਿੱਚ ਜਦੋਂ ਮੈਂ ਪਹਿਲੀ ਵਾਰ ਨੂੰ ਕਨੇਡਾ ਦੀ ਧਰਤੀ 'ਤੇ ਲੈ ਕੇ ਗਿਆ ਸੀ, ਤੁਹਾਨੂੰ ਸਾਰਿਆਂ ਨੂੰ ਯਾਦ ਹੋਣਾ ਜਿਹੜੇ ਕਬੱਡੀ ਦੇ ਲਵਰ ਨੇ, ਕਬੱਡੀ ਨੂੰ ਪਿਆਰ ਕਰਨ ਵਾਲੇ ਨੇ, ਕਬੱਡੀ ਨੂੰ ਦੇ ਕੋਚ ਸਾਹਿਬ ਬਣੇ ਬੈਠੇ ਨੇ, ਕਿ ਪਹਿਲਾਂ 2 ਸਾਲ ਹੋ ਇੰਗਲੈਂਡ ਦੇ ਵਿੱਚ, 2003 ਤੋਂ 2004 ਇੰਗਲੈਂਡ 'ਚ ਫਿਰ ਗਿਆ ਅਤੇ ਉਸ ਤੋਂ ਬਾਅਦ ਲਗਾਤਾਰ ਉਹ ਕਨੇਡਾ ਵਿੱਚ ਆਪਣੀ ਗੇਮ ਦੀ ਪਰਫੋਰਮੈਂਸ ਕਰਦਾ ਰਿਹਾ। ਬਿੱਟੂ ਬਾਰੇ ਬਹੁਤ ਹੀ ਨੇੜੇ ਤੋਂ ਮੈਂ ਹੋ ਕੇ ਉਹਦੇ ਬਾਰੇ ਜਾਣਿਆ ਵੀ ਉੱਦਾਂ ਦਾ ਇਨਸਾਨ, ਇੱਕ ਉਹ ਸਪੋਰਟਸਮੈਨ ਤੋਂ ਪਹਿਲਾਂ ਜੋ ਉਹ ਇਨਸਾਨ ਸੀ, ਯਾਰਾਂ ਦੋਸਤਾਂ ਲਈ ਮੇਰੇ ਯਾਦ ਹੈ ਜਦੋਂ ਸਰੋਪ ਜੀ ਡੈਥ ਹੋਈ ਸੀ, ਉਸ ਦਿਨ ਮੈਂ ਅਤੇ ਬਿੱਟੂ ਮੇਰੇ ਘਰ ਵਿੱਚ ਕਨੇਡਾ ਸੀ, ਤਾਂ ਬਿੱਟੂ ਨੇ ਸਪੈਸ਼ਲ ਮੈਨੂੰ ਆਖਿਆ ਵੀ ਤੈਨੂੰ ਜ਼ਰੂਰ ਸਰੋਪ ਦੀ ਆਤਮ ਅਰਦਾਸ ਵਿੱਚ ਜਾਣਾ ਪਵੇਗਾ, ਅਤੇ ਮੈਂ ਉਸ ਸਮੇਂ ਸਰੋਪ ਦੀ ਆਤਮ ਅਰਦਾਸ ਵਿੱਚ ਆਇਆ ਸੀ। ਮੇਰਾ ਕਹਿਣ ਤੋਂ ਭਾਵ ਬਿੱਟੂ ਇੱਕ ਉਹ ਇਨਸਾਨ ਸੀ ਜਿਹੜਾ ਕਿ ਅੱਜ ਨੌਜਵਾਨ ਜੋ ਸਾਡੇ ਪਲੇਅਰ ਨੇ ਕਬੱਡੀ ਦੇ, ਉਹਨਾਂ ਲਈ ਇੱਕ ਚਾਨਣ ਬਣਾਉਣਾ ਅਤੇ ਉਹਨਾਂ ਲਈ ਇੱਕ ਸੇਧ ਸੀ। ਬਿੱਟੂ ਅੱਜ ਤੱਕ ਜਿਨ੍ਹਾਂ ਚਿਰ ਫਰੰਟ ਵਿੱਚ ਖੇਡਿਆ ਉਹ ਮੇਰੀ ਕਲੱਬ ਵੱਲੋਂ ਖੇਡਿਆ, ਅਤੇ ਅੱਜ ਤੱਕ ਮੈਂ ਉਹਦੇ ਘਰ ਸਾਈਨ ਨਹੀਂ ਕਰਾਏ ਸੀ ਵੀ ਜੋ ਉਹਦੇ ਜਵਾਨ ਕਰ ਲਈ, ਉਹ ਆਪਣੀ ਜਵਾਨ ਦਾ ਖਰਾ ਸੀ ਅਤੇ ਮੈਚ ਬਦਲਣ ਦੀ ਉਹਦੇ ਵਿੱਚ ਇੰਨੀ ਤਕਨੀਕ ਸੀ ਮੇਰੇ ਯਾਦ ਹੈ। ਮੈਟਰੋ ਕਬੱਡੀ ਨਾਲ ਸਾਡਾ ਫਾਈਨਲ ਮੈਚ ਚੱਲ ਰਿਹਾ ਸੀ, ਮੈਟਰੋ ਕਲੱਬ ਨਾਲ ਅਸੀਂ 7-8 ਮਿੰਟਾਂ ਦੇ ਹਾਰ ਗਏ ਸੀ, ਮੈਚ ਦਾ ਸਮਾਂ ਵੀ 5-7 ਮਿੰਟ ਰਹਿੰਦਾ ਸੀ। ਮੈਂ ਗਰਾਊਂਡ 'ਚ ਜਾ ਕੇ ਬਿੱਟੂ ਨੂੰ ਆਖਿਆ ਵੀ ਆਪਾਂ ਨੇ ਮੈਚ ਜਿੱਤਣਾ, ਕਈ ਮੈਚ ਨੇ 3-4 ਮਿੰਟਾਂ ਵਿੱਚ
ਆ ਵਰਲਡ ਕੱਪ ਦੇ ਬਿੱਟੂ ਜੀ ਬੈਠੇ ਨੇ ਜਸਪਾਲ ਰੰਗਣ ਵਾਲੇ, ਵਰਲਡ ਕੱਪ ਜਦੋਂ ਖੇਡਿਆ ਸੀ ਤਾਂ ਪਿਛਲੇ 3-4 ਮਿੰਟਾਂ ਦੇ ਵਿੱਚ ਹੀ ਮੈਚ ਪਲਟਦਾ ਸੀ। ਸਾਡੇ ਦੁਆ ਜੋ 12 ਮਈ ਦਾ ਜੋ ਕਾਲਾ ਦਿਨ ਸੀ, ਮੈਂ ਕਹਾਂਗਾ ਕਿ ਜੋ ਸਾਡਾ ਨੌਜਵਾਨ ਬਹੁਤ ਹੀ ਨੇਕ ਇਨਸਾਨ, ਬਹੁਤ ਹੀ ਧਾਰਮਿਕ ਅੱਜ ਸਾਡੇ ਵਿੱਚ ਨਹੀਂ ਰਿਹਾ, ਬਹੁਤ ਮੇਰੇ ਮਨ ਨੂੰ ਬਹੁਤ ਦੁੱਖ ਦੀ ਗੱਲ ਹੈ ਕਿ ਮੇਰੇ ਤੋਂ ਪਹਿਲਾਂ ਸਤਿਗੁਰੂ ਜੀ ਬੋਲ ਕੇ ਗਏ ਸੀ ਵੀ ਰਾਜ ਸਭਾ ਕੋਟੇ ਦੀ ਗੱਲ। ਮੈਂ ਢੀਂਗਸਾ ਸਾਹਿਬ ਨੂੰ ਆਖਿਆ ਸੀ ਕਿਉਂਕਿ ਬਿੱਟੂ ਨੇ ਆਪਣੇ ਜਾਣ ਤੋਂ ਪਹਿਲਾਂ ਆ ਦਗਾਲ ਦੀ ਸੰਗਤ ਨੂੰ ਜਾਂ ਦਗਾਲ ਦੇ ਪਲੇਅਰਾਂ ਨੂੰ ਪਤਾ, ਸਾਡੇ MLA ਸਾਹਿਬ ਵੀ ਬੈਠੇ ਨੇ ਜੋ ਸਰਕਾਰ ਦੇ ਵਿੱਚ ਮੌਜੂਦਾ MLA ਨੇ, ਉਹਨੇ ਮਤਾ ਪਾਸ ਮਤਾ ਪਵਾਇਆ ਸੀ ਸਟੇਡੀਅਮ ਲਈ, ਉਹ ਮਤਾ ਪੰਚਾਇਤ ਵੱਲੋਂ 8 ਏਕੜ ਦੇ ਵਿੱਚ ਭੇਜਿਆ ਗਿਆ ਜੋ ਸਟੇਡੀਅਮ ਦਾ ਮਤਾ, ਕਿਉਂਕਿ ਇਹ ਸਰਕਾਰ ਦਾ ਮੌਜੂਦਾ ਸਰਕਾਰ ਦਾ ਕੰਮ ਹੈ ਅਤੇ ਬਿੱਟੂ ਲਈ ਇਹੀ ਸੱਚੀ ਸ਼ਰਧਾਂਜਲੀ ਹੋਵੇਗੀ। ਮੈਂ ਇਹਨਾਂ ਨੂੰ ਬੇਨਤੀ ਵੀ ਕਰਦਾ ਵੀ ਜੋ ਸਟੇਡੀਅਮ ਹੈ ਉਹ ਪ੍ਰੋਪਰ ਤਿਆਰ ਹੋ ਜਾਵੇ। ਉਦੋਂ ਬਾਅਦ ਜੋ ਸਟੇਡੀਅਮ ਦੇ ਵਿੱਚ ਜੋ ਅਸੀਂ ਗੁਰਜਾਰੀ ਜੀ ਇੱਥੇ ਬੈਠੇ ਨੇ ਉਹ ਵੀ ਤੁਹਾਡੇ ਨਾਲ ਆਪਣੇ ਸਰਨ ਦਾ ਧੰਨਵਾਦ ਕਰਨਗੇ। ਅਸੀਂ ਇਹੀ ਸਲਾਹ ਕੀਤੀ ਹੈ ਵੀ ਇੱਕ ਜੋ ਆਧੁਨਿਕ ਤਰੀਕੇ ਦੀ ਜਿੰਮ ਹੈ ਜੋ 3-4 ਲੱਖ ਲਾਗਤ ਜਿੰਨੀ ਵੀ ਮਰਜ਼ੀ ਉਹਦੀ ਲਾਗਤ ਹੋਵੇ, ਜਦੋਂ ਸਟੇਡੀਅਮ ਤਿਆਰ ਹੋ ਗਿਆ ਇਹੀ ਸਾਡੇ ਵੱਲੋਂ ਸ਼ਰਧਾਂਜਲੀ ਬਿੱਟੂ ਨੂੰ ਹੋਵੇਗੀ। ਜੇ ਉਹਦੇ 4 ਲੱਖ ਲੱਗੇ ਚਾਹੇ 5 ਲੱਖ ਲੱਗੇ, ਅਸੀਂ ਉਹ ਜਿੰਮ ਦਾ ਜਿਹੜਾ ਪਿੰਡ ਦਗਾਲ ਦੇ ਵਿੱਚ ਬਿੱਟੂ ਦੀ ਯਾਦ ਦੇ ਵਿੱਚ ਉਹਦਾ ਅਰੇਂਜਮੈਂਟ ਕਰਕੇ ਦੇਵਾਂਗੇ। ਅਤੇ ਮੈਂ ਆਪਣੇ ਵੱਲੋਂ ਅਖੀਰ ਦੇ ਅਤੇ ਆਪਣੇ ਪਰਿਵਾਰ ਵੱਲੋਂ ਬਿੱਟੂ ਦੇ ਪਰਿਵਾਰ ਨਾਲ ਹਮੇਸ਼ਾ ਜਦੋਂ ਵੀ ਕਦੇ ਸਾਡੀ ਲੋੜ ਪਵੇਗੀ ਮੈਂ ਹਮੇਸ਼ਾ ਪਰਿਵਾਰ ਨਾਲ ਖੜਾਂਗਾ। ਅਤੇ ਅਖੀਰ ਦੇ ਵਿੱਚ ਪਰਮਾਤਮਾ ਅੱਗੇ ਇਹ ਅਰਦਾਸ ਕਰਦਾ ਵੀ ਬਿੱਟੂ ਦੇ ਦੋਵੇਂ ਭਰਾਵਾਂ ਨੂੰ, ਉਹਦੀ ਛੋਟੀ ਭੈਣ ਨੂੰ, ਧਰਮ ਪਤਨੀ ਨੂੰ, ਮਾਤਾ ਪਿਤਾ ਨੂੰ ਅਤੇ ਜੋ ਸਾਡਾ ਲਾਡਲਾ ਪਿਆਰਾ ਬੱਚਾ ਹੈ ਉਹਨੂੰ ਪਰਮਾਤਮਾ ਤੰਦਰੁਸਤੀਆਂ ਬਖਸ਼ੇ ਅਤੇ ਪਾਣਾ ਮੰਗਣ ਦਾ ਬਲ ਬਖਸ਼ੇ। ਅਖੀਰ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਅਤੇ ਆਪਣੇ ਪਰਿਵਾਰ ਵੱਲੋਂ ਅਤੇ ਸ਼ਹੀਦ ਬਚਨ ਸਿੰਘ ਅਕੈਡਮੀ ਵੱਲੋਂ ਅਤੇ ਪ੍ਰਧਾਨ ਰਮੇਸ਼ ਸਿੰਘ ਜੀ ਜੋ ਸੋਸ਼ਲ ਯੂਥ ਸਪੋਰਟਸ ਕਲੱਬ ਵੱਲੋਂ ਸਰਦਾ ਦੇ ਪਲ ਪੇਸ਼ ਕਰਦਾ ਹੋਇਆ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸੀਗੇ ਸ਼੍ਰੀ ਕਰਨ ਭਗਵਾਨ ਜੀ ਕਨੇਡਾ, ਜਿਨ੍ਹਾਂ ਨੇ ਦੱਸਿਆ ਕਿ ਬਿੱਟੂ ਕਬੱਡੀ ਦਾ ਇੱਕ ਐਸਾ ਖਿਡਾਰੀ ਸੀ ਜਿਹਦੇ ਕੋਲ ਕਬੱਡੀ ਦੀਆਂ ਤਕਨੀਕਾਂ ਦਾ ਬਹੁਤ ਵੱਡਾ ਭੰਡਾਰ ਸੀਗਾ। ਔਰ ਸਾਡੇ ਵਿਚਕਾਰ ਜਨਰਲ ਸਕੱਤਰ ਕਾਂਗਰਸ ਪਾਰਟੀ ਚਮਨ ਲਾਲ ਜੀ ਕਲਵਾਣੂ, ਮਹੰਤ ਬਰਾਸ ਜੀ ਜ਼ਿਲ੍ਹਾ ਪ੍ਰਧਾਨ, ਸ਼੍ਰੀ ਪਰਸ਼ੁਰਾਮ ਸੇਵਾ ਦਲ ਬ੍ਰਾਹਮਣ ਸਭਾ ਪੰਜਾਬ, ਇਹ ਸਤਿਕਾਰਯੋਗ ਸਾਕਸ਼ੀ ਧਾਨੀਆ ਸਰਦਾਰ ਕ੍ਰਿਸ਼ਨ ਸਿੰਘ ਜੀ, ਸਰਦਾਰ ਸ਼ਮਸ਼ੇਰ ਸਿੰਘ ਜੀ ਡੋਡੀ ਸਾਹਿਬ ਇੰਸਪੈਕਟਰ ਪੰਜਾਬ ਪੁਲਿਸ, ਉੱਥੇ ਕੁਝ ਸ਼ੋਕ ਮਤੇ ਆਏ ਹੈ DAV ਕਾਲਜ ਬਠਿੰਡਾ ਤੋਂ ਪ੍ਰਿੰਸੀਪਲ ਡਾਕਟਰ ਸੰਦੀਪ ਸ਼ਰਮਾ ਜੀ, ਉਹਨਾਂ ਦੇ ਵੱਲੋਂ ਵੀ ਸ਼ੋਕ ਮਤਾ ਆਇਆ ਹੈ। ਗੁਰਜਰ ਸਭਾ ਪੁਰਖ ਖੇਤਰ ਦੇ ਵੱਲੋਂ ਵੀ ਸ਼ੋਕ ਮਤਾ ਆਇਆ ਹੈ। ਬਾਬਾ ਪਰਮਾਨੰਦ ਕੰਨਿਆ ਮਹਾਂਵਿਦਿਆਲਿਆ ਦੇ ਵੱਲੋਂ ਡਾਕਟਰ ਓਮਕਾਰ ਸਿੰਘ ਜੀ, ਉਹਨਾਂ ਦੇ ਵੱਲੋਂ ਵੀ ਸ਼ੋਕ ਮਤੇ ਆਏ ਹੈ। ਔਰ ਜਿੱਥੇ ਕਨੇਡਾ ਦੀਆਂ ਸਮੂਹ ਕਲੱਬਾਂ ਲੱਖਾ ਗਾਜ਼ੀਪੁਰ, ਪਾਲਾ ਜਲਾਲਪੁਰ, ਖੁਸ਼ੀ ਗਿੜਵਾਲਾ, ਸੰਦੀਪ ਲੁੱਦਰ, ਇਹਨਾਂ ਦੇ ਵੱਲੋਂ ਵੀ ਸ਼ੋਕ ਸੰਦੇਸ਼ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਆਇਆ ਹੈ। ਔਰ ਸਾਰਿਆਂ ਦਾ ਅਸੀਂ ਫਿਰ ਦੁਬਾਰਾ ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰਾਂਗਾ ਖੇਡ ਪੱਤਰਕਾਰ ਡਾਕਟਰ ਸਰਦਾਰਸ਼ਨ ਸਿੰਘ ਚਹਿਲ ਜ਼ਰੂਰ 2 ਮਿੰਟ ਲਈ ਇਸ ਮੈਚ ਉੱਤੇ ਆਉਣਗੇ। ਸ਼੍ਰੀ ਗਰਭ ਪ੍ਰਾਣ ਜੀ ਦੀ ਪਵਿੱਤਰ ਹਜ਼ੂਰੀ ਦੇ ਵਿੱਚ ਸਾਮਲ ਸਾਧ ਸੰਗਤ ਜੀ,
ਮੇਰਾ ਵਿਸ਼ਵਾਸ ਹੈ ਕਿ ਜਦੋਂ ਇਸ ਕਿਸਮ ਦੇ ਵੱਡੇ ਗ੍ਰੰਥ ਸਾਡੇ ਮੌਜੂਦ ਹੋਣ, ਸਾਡੇ ਵੱਲੋਂ ਧਰਵਾਸ ਦੇਣਾ ਇੱਕ ਨਿਵਾਣਾ ਜਿਹਾ ਯਤਨ ਹੋ ਜਾਂਦਾ। ਮੈਂ ਸਾਡੇ ਮਰਹੂਮ ਸਾਥੀ ਨਰਿੰਦਰ ਬਿੱਟੂ ਜੀ ਦੇ ਬਾਰੇ ਕੁਛ ਜ਼ਿਆਦਾ ਹੀ ਤੁਹਾਡੇ ਨਾਲ ਸਾਂਝੀਆਂ ਕਰਾਂਗਾ। ਬਹੁਤ ਦੁੱਖ ਦੀ ਘੜੀ ਹੈ, ਕਿਸੇ ਵੀ ਪਰਿਵਾਰ ਦੇ ਵਿੱਚ ਜਦੋਂ ਵੱਡੇ ਛੋਟਿਆਂ ਦੀ ਅਰਥੀ ਨੂੰ ਕੰਧਾ ਦਿੰਦੇ ਨੇ ਤਾਂ ਪਰਿਵਾਰ ਕੀ ਆਲਾ ਦੁਆਲਾ ਸਕੇ ਸੰਬੰਧੀ ਉਹ ਸਹਿਣਯੋਗ ਨਹੀਂ ਹੁੰਦਾ। ਉਹੀ ਕੁਛ ਬਿੱਟੂ ਦੇ ਪਰਿਵਾਰ ਨਾਲ ਵਾਪਰਿਆ। ਜਦੋਂ ਇੱਕ ਪਿਤਾ ਆਪਣੇ ਪੁੱਤਰ ਦੀ ਅਰਥੀ ਨੂੰ ਕੰਧਾ ਦਿੰਦਾ ਹੈ ਤਾਂ ਉਹ ਕਦੇ ਵੀ ਸੌਖਾ ਨਹੀਂ ਹੁੰਦਾ। ਇੰਝ ਲੱਗਦਾ ਕਿ ਬਿੱਟੂ ਆਪਣੇ ਆਪਣੇ ਬਾਰੇ ਜਾਣੀ ਜਾਣ ਸੀ। ਜਦੋਂ ਬਿੱਟੂ ਵਰਲਡ ਕੱਪ ਖੇਡਿਆ ਸੀ ਮੈਂ ਉਸ ਵੇਲੇ ਇਹਦੇ ਨਾਲ ਕਾਫ਼ੀ ਲੰਬੀ ਜੋੜੀ ਮੁਲਾਕਾਤ ਕੀਤੀ ਸੀ ਅਤੇ ਮੇਰੀ ਜਿਹੜੀ ਵਰਲਡ ਕੱਪ ਬਾਰੇ ਕਿਤਾਬ ਆਈ ਸੀ ਜੱਗ ਜੇਤੂ ਖਿਡਾਰੀ, ਉਹਦੇ ਵਿੱਚ ਮੈਂ ਜੋ ਕੰਕਲੂਜਨ ਕੱਢਿਆ ਸੀ ਅਤੇ ਇਹਨੂੰ ਮੈਂ ਧੰਨੇ ਭਗਤ ਦਾ ਖਿਤਾਬ ਨਾਲ ਨਵਾਜਿਆ ਸੀ। ਮੈਂ ਉਸ ਵੇਲੇ ਬਿੱਟੂ ਨੂੰ ਪੁੱਛਿਆ ਸੀ ਕਿ ਕਿੰਨੀ ਕਬੱਡੀ ਹੋਰ ਖੇਡਣੀ ਚਾਹੁੰਦਾ। ਉਹ ਕਹਿੰਦਾ ਸੀ ਬਾਈ ਮੈਂ 10 ਸਾਲ ਕਬੱਡੀ ਹੋਰ ਖੇਡਣੀ ਚਾਹੁੰਦਾ। ਸ਼ਾਇਦ ਉਹਨੂੰ ਦਿਖਾਈ ਦਿੰਦਾ ਸੀ। ਉਹ ਕਹਿੰਦਾ ਸੀ ਵੀ ਜਿੰਨਾ ਚਿਰ ਮੈਂ ਖੇਡੂੰਗਾ ਤਾਂ ਦਮ ਥਮ ਨਾਲ ਕਬੱਡੀ ਖੇਡੂੰਗਾ, ਇਹ ਨਹੀਂ ਹੋਊਗਾ ਕਿ ਉਮਰ ਵੱਡੀ ਹੋ ਜਾਵੇ ਅਤੇ ਮੈਂ ਗਰਾਊਂਡਾਂ 'ਚ ਧੱਕੇ ਖਾਵਾਂ। ਮੈਨੂੰ ਲੱਗਦਾ ਕਿ ਉਸ ਖਿਡਾਰੀ ਨੂੰ ਇਹ ਵੀ ਪਤਾ ਸੀ ਕਿ ਮੇਰੀ ਇਸ ਦੁਨੀਆ ਦੇ ਨਾਲ ਜਿਹੜੀ ਸਾਂਝ ਹੈ ਉਹ 10 ਸਾਲ ਸੀ। ਬਿੱਟੂ ਜਿੱਥੇ ਇੱਕ ਖਿਡਾਰੀ ਦੇ ਤੌਰ 'ਤੇ ਇੱਕ ਜੁਝਾਰੂ ਖਿਡਾਰੀ ਸੀ, ਆਖਰੀ ਪਲਾਂ ਦੇ ਵਿੱਚ ਮੈਚ ਜਿਤਾਉਣ ਦੀ ਜਿਹੜੀ ਕਪੈਸਿਟੀ ਸੀ, ਜਿਸ ਤਰ੍ਹਾਂ ਕਰਨ ਜੀ ਨੇ ਗੱਲ ਕੀਤੀ ਹੈ, ਇੰਡੀਆ ਪਾਕ ਦੇ ਜਿਹੜੇ ਹਿੰਦ ਪਾਕ ਪੰਜਾਬ ਖੇਡਾਂ ਹੋਈਆਂ ਸੀ, ਜਿਸ ਵੇਲੇ ਬਿੱਟੂ ਨੂੰ ਮੈਂ ਪਹਿਲੀ ਵਾਰੀ ਮਿਲਿਆ 2004 'ਚ ਖੇਡਦਾ ਦੇਖਿਆ, ਹਿੰਦੁਸਤਾਨ ਦੀ ਟੀਮ 4 ਅੰਕਾਂ ਨਾਲ ਪਿੱਛੇ ਸੀ, ਰੇਡਰਾਂ ਦੇ ਵਿੱਚੋਂ ਇਕੱਲਾ ਗੁਰਲਾਲ ਘਨੌਰ ਹੀ ਚੱਲ ਰਿਹਾ ਸੀ, ਉਹਦਾ ਸਾਥ ਦੇਣ ਵਾਲਾ ਕੋਈ ਖਿਡਾਰੀ ਨਹੀਂ ਸੀ। ਇਹ ਲੱਗ ਰਿਹਾ ਸੀ ਕਿ ਹਿੰਦੁਸਤਾਨ ਦੀ ਧਰਤੀ 'ਤੇ ਪਹਿਲੀ ਵਾਰ ਪਾਕਿਸਤਾਨ ਹਿੰਦੁਸਤਾਨ ਨੂੰ ਹਰਾਏਗਾ, ਪਰ ਇਹ ਉਹ ਖਿਡਾਰੀ ਸੀ ਜਿਸ ਨੇ ਆਖਰੀ ਪਲਾਂ ਦੇ ਵਿੱਚ 11 ਜੱਫੇ ਲਾ ਕੇ ਇੱਕ ਮਲੂਕ ਜਿਹੇ ਨੌਜਵਾਨ ਨੇ ਪਾਕਿਸਤਾਨ ਦੀ ਟੀਮ ਦਾ ਜਿਹੜੀ ਹਮਲੇ ਸੀ ਉਹਨਾਂ ਨੂੰ ਤਹਿਸ ਨਹਿਸ ਕਰਤਾ ਤਾਂ ਹਰ ਪਾਸੇ ਬਿੱਟੂ ਬਿੱਟੂ ਹੋ ਗਈ ਸੀ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਮੈਨੂੰ। ਉਹ ਮੈਚ ਜਿਹੜਾ ਹਾਲ ਹੀ ਦੇ ਵਿੱਚ ਅਨੰਦਪੁਰ ਸਾਹਿਬ ਖੇਡਿਆ ਗਿਆ ਸੀ, ਇਹਦਾ ਵੱਡਾ ਕੱਪ ਸੀ ਜਿਹੜਾ ਉੱਥੇ ਸਰਹਾਲਾ ਰੋਣਾਂ ਦੀ ਟੀਮ ਵੱਲੋਂ ਬਿੱਟੂ ਖੇਡਿਆ। ਇਹਦੀ ਟੀਮ ਭਾਵੇਂ ਮੈਚ ਹਾਰ ਗਈ ਸੀ, ਮੈਚ ਇੱਕ ਪਾਸਾ ਹੋ ਗਿਆ ਸੀ, ਪਰ ਬਿੱਟੂ ਨੇ ਆਖਰੀ ਪਲਾਂ ਦੇ ਵਿੱਚ 4-5 ਜੱਫੇ ਲਗਾ ਕੇ ਦਿਖਾਇਆ ਕਿ ਉਹਦੇ ਵਿੱਚ ਇੱਕ ਕਿਸ ਤਰ੍ਹਾਂ ਦੀ ਸਮਰੱਥਾ ਹੈ, ਕਿਸ ਤਰ੍ਹਾਂ ਦਾ ਸਿਰੇੜਾ ਹੈ। ਬਿੱਟੂ ਨੇ ਜਦੋਂ ਸ਼ੁਰੂਆਤ ਕੀਤੀ, ਜਿਹੜਾ ਮੈਨੂੰ ਉਹਨੇ ਦੱਸਿਆ ਕਿ ਉਹਦੇ ਪਰਿਵਾਰ ਦੇ ਵਿੱਚ ਕੁਸ਼ਤੀ ਦਾ ਜਿਹੜਾ ਰੁਝਾਨ ਸੀ, ਉਸਦੇ ਮਾਪੇ ਦਾਦਾ ਅਤੇ ਪੜਦਾਦਾ ਕੁਸ਼ਤੀ ਕਰਦੇ ਰਹੇ ਸੀ, ਉਹਨਾਂ ਦੇ ਚਾਚਾ ਜੀ ਸ਼ੇਰ ਸਿੰਘ ਉਹ ਵੀ ਚੰਗੇ ਪਹਿਲਵਾਨ ਰਹੇ ਸੀ, ਉਹਨਾਂ ਨੂੰ ਦੇਖ ਕੇ ਇਹਨਾਂ ਦੇ ਭਰਾਵਾਂ ਨੇ ਕੁਸ਼ਤੀ ਸ਼ੁਰੂ ਕੀਤੀ ਤਾਂ ਨਾਲ ਬਿੱਟੂ ਵੀ ਛੋਟੀਆਂ ਛੋਟੀਆਂ ਝੰਡੀ ਦੀਆਂ ਕੁਸ਼ਤੀਆਂ 'ਤੇ ਜਿਹੜਾ ਲੜਨ ਜਾਂਦਾ ਸੀ, ਪਰ ਉਸਨੇ 32 ਕਿਲੋ ਵਰਗ ਤੋਂ ਕਬੱਡੀ ਖੇਡਣੀ ਸ਼ੁਰੂ ਕੀਤੀ। ਜਦੋਂ ਇਹਦਾ ਵਜ਼ਨ 32 ਕਿਲੋ ਸੀ ਤਾਂ ਇਹ 37 ਕਿਲੋ 'ਚ ਖੇਡਦਾ ਸੀ, ਵਜ਼ਨ ਹਮੇਸ਼ਾ ਹੀ ਇਹਦਾ ਕਾਬੂ 'ਚ ਰਿਹਾ। ਤਾਂ ਇਹਨੇ ਦੱਸਿਆ ਕਿ ਮੇਰਾ ਪਹਿਲਾ ਜਿਹੜਾ ਮੈਚ ਸੀ ਉਹ ਦਿਵਾਲ ਕਲਾਂ ਦਾ ਟੂਰਨਾਮੈਂਟ ਸੀ, ਮੈਂ ਉੱਥੇ ਖੇਡਿਆ ਸੀ। ਦਿਵਾਲ ਕਲਾਂ ਦੇ ਟੂਰਨਾਮੈਂਟ 'ਤੇ 6 ਨਾਲ ਮੈਚ ਸੀ, 18-18 ਨਾਲ ਮੈਚ ਬਰਾਬਰ ਸੀ, ਤਾਂ ਬਿੱਟੂ ਨੂੰ ਆਖਰੀ ਰੇਡ ਪਾਉਣ ਨੂੰ ਕਿਹਾ ਗਿਆ। ਉਹਦੇ ਸਾਰੇ ਜਾਫੀ ਡੀ 'ਤੇ ਆ ਗਏ,
ਤਾਂ ਲੱਗਿਆ ਕਿ ਬਿੱਟੂ ਨਵਾਂ ਜਿਹਾ ਖਿਡਾਰੀ ਹੈ, ਇਹ ਕਿਹੜਾ ਰੇਡ ਕਰਦਾ ਹੈ। ਤਾਂ ਬਿੱਟੂ ਤੀਰ ਵਾਂਗੂ ਗਿਆ ਅਤੇ ਹੱਥ ਲਾ ਕੇ ਗੋਲੀ ਵਾਂਗੂ ਵਾਪਸ ਆਇਆ। ਤਾਂ ਜਦੋਂ ਇਹਦੀ ਟੀਮ ਇੱਕ ਪੁਆਇੰਟ ਨਾਲ ਜਿੱਤ ਗਈ ਤਾਂ ਪਿੰਡ ਵੱਲੋਂ ਇਲਾਕੇ ਵੱਲੋਂ ਹੱਲਾਸ਼ੇਰੀ ਮਿਲੀ। ਤਾਂ ਇੱਕ ਖਿਡਾਰੀ ਦਾ ਜਿਹੜਾ ਆਗਾਜ਼ ਹੋਇਆ, ਇੱਕ ਹੋਰ ਸੂਰਜ ਚੜ੍ਹਿਆ ਕਬੱਡੀ ਦੇ ਵਿੱਚ, ਉਹ ਇਹਦੀ ਪਹਿਲਾ ਮੈਚ ਸੀ। ਜਿੱਥੋਂ ਤੱਕ ਸਟਾਰ ਵਰਲਡ ਦੀ ਗੱਲ ਹੈ, ਬੱਲਰਾਂ ਦੇ ਟੂਰਨਾਮੈਂਟ 'ਤੇ ਬਿੱਟੂ ਨੇ ਦੱਸਿਆ ਕਿ ਮੈਂ ਪਹਿਲੀ ਵਾਰ ਖੇਡ ਰਿਹਾ ਸੀ, ਵੱਡਾ ਕੱਪ ਸੀ। ਗੁਲਜ਼ਾਰੀ ਨੂੰ 7 ਰੇਡਾਂ ਦੇ ਵਿੱਚੋਂ ਉਹਨੇ 6 ਵਾਰ ਰੱਖਿਆ। ਤਾਂ ਉਸ ਵੇਲੇ ਇਹ ਫਰਾਕ ਦਿੱਲੀ ਹੈ ਗੁਲਜ਼ਾਰੀ ਦੀ, ਗੁਲਜ਼ਾਰੀ ਦੀ ਸਪੋਰਟਸਮੈਨਸ਼ਿਪ ਦੀ। ਉਹਨੇ ਬਿੱਟੂ ਦੀ ਖੇਡ ਨੂੰ ਦੇਖਿਆ ਕਿ ਤੇਰੇ ਦੇ ਵਿੱਚ ਇੱਕ ਸਟਾਰ ਦੇ ਗੁਣ ਨੇ। ਤਾਂ ਉਹਨੇ ਤੁਰੰਤ ਉਸੇ ਮੈਚ ਤੋਂ ਬਾਅਦ ਬਿੱਟੂ ਨੂੰ ਪ੍ਰੇਰਿਤ ਕੀਤਾ ਕਿ ਤੁਸੀਂ ਪ੍ਰੋਫੈਸਰ ਮਦਨ ਲਾਲ ਜੀ ਡਰਬਿੰਡੀ ਬਠਿੰਡੇ, ਜਿਨ੍ਹਾਂ ਨੇ ਬਹੁਤ ਸਾਰੇ ਸਟਾਰ ਪੈਦਾ ਕੀਤੇ ਨੇ, ਕਿ ਉਹਨਾਂ ਦੇ ਚਰਨਾਂ ਦੇ ਵਿੱਚ ਜਾ ਕੇ ਲੱਗ ਜਾਓ। ਬਿੱਟੂ ਬੜੀ ਸਾਫ਼ ਦਿਲੀ ਦੇ ਨਾਲ ਉਹਨੇ ਮੈਨੂੰ ਗੱਲਾਂ ਦੱਸੀਆਂ ਕਿ ਮੈਂ ਆਪਣੀ ਮਾਤਾ ਨਾਲ ਇਹ ਗੱਲ ਸਾਂਝੀ ਕੀਤੀ, ਸਾਡੀ ਘਰ ਦੀ ਹਾਲਤ ਇੰਨੀ ਕੋਈ ਬਹੁਤੀ ਠੀਕ ਨਹੀਂ ਸੀ, ਪਰ ਫਿਰ ਵੀ ਮੈਂ 6000 ਰੁਪਏ ਲੈ ਕੇ ਮੈਂ ਜਿਹੜਾ ਬਠਿੰਡੇ ਪਹੁੰਚਿਆ। ਅਤੇ ਹੌਲੀ ਹੌਲੀ ਜਿਹੜਾ ਉਹ ਟੀਮ ਦੇ ਵਿੱਚ ਮੈਨੂੰ ਐਡਜਸਟ ਹੋਇਆ ਅਤੇ ਕਹਿੰਦਾ 15 ਦਿਨਾਂ ਦੇ ਵਿੱਚ ਮੇਰੇ ਜਿਹੜੇ ਪੈਸੇ ਸੀ ਉਹ ਖਤਮ ਹੋ ਗਏ। ਫਿਰ ਵੀ ਬਿੱਟੂ ਦਾ ਸਿਹਤ ਸੀ, ਪਿੰਡ ਆਇਆ, ਪਿੰਡ ਆ ਕੇ ਉਹਦੇ ਕੋਈ ਦੋਸਤ ਸੀ ਪਾਲਾ ਪੰਡਿਤ, ਉਸ ਤੋਂ ਕਹਿੰਦਾ ਮੈਂ 500 ਰੁਪਏ ਲਏ ਅਤੇ ਲੈ ਕੇ ਮੈਂ ਦੁਬਾਰਾ ਫਿਰ ਮਦਨ ਲਾਲ ਜੀ ਕੋਲ ਚਲੇ ਗਿਆ। ਪਹਿਲਾ ਮੈਚ ਇਹਨੇ ਡੋਲੀ ਭਾਈ ਦੇ ਵਿਖੇ ਵੱਡਾ ਖੇਡਿਆ ਜਦੋਂ DAV ਕਾਲਜ ਦੇ ਵੱਲੋਂ। ਤਾਂ ਉਸ ਮੈਚ ਦੇ ਵਿੱਚ ਬਿੱਟੂ ਨੇ 7 ਜੱਫੇ ਲਾਏ। ਬਿੱਟੂ ਕਹਿੰਦਾ ਮੇਰੇ ਲਈ ਖੁਸ਼ੀ ਦੀ ਗੱਲ ਇਹ ਸੀ ਕਿ ਹਰੇਕ ਜੱਫੇ 'ਤੇ 100 ਰੁਪਇਆ ਰੱਖਿਆ ਸੀ ਅਤੇ ਇਨਾਮ ਦੇ ਵਿੱਚੋਂ ਮੈਨੂੰ 500 ਰੁਪਏ ਮਿਲੇ। ਮੇਰੇ ਲਈ 3 ਖੁਸ਼ੀਆਂ ਹੋਈਆਂ। ਪਹਿਲੀ ਇਹ ਕਿ ਮੈਂ ਇੱਕ ਵੱਡੇ ਮੰਚ 'ਤੇ ਮੇਰੀ ਚੜ੍ਹਾਈ ਹੋਈ, ਦੂਜੀ ਇਹ ਕਿ ਮੇਰੀ ਟੀਮ ਨੇ ਕੱਪ ਜਿੱਤਿਆ, ਤੀਜੀ ਇਹ ਕਿ ਮੈਂ 1200 ਰੁਪਏ ਜਿੱਤਿਆ ਅਤੇ ਮੈਂ 500 ਰੁਪਏ ਪਾਲੇ ਪੜਤ ਦਾ ਜਿਹੜਾ ਕਰਜ਼ ਸੀ ਉਹ ਉਤਾਰਨ ਦੇ ਸਮਰੱਥ ਹੋਇਆ। ਇਸ ਖਿਡਾਰੀ ਦੀ ਇੱਕ ਖਾਸੀਅਤ ਰਹੀ ਕਿ ਇਹ ਬੰਦਾ ਜਦੋਂ ਵੀ ਕਿਤੇ ਕਿਸੇ ਨੂੰ ਮਿਲਦਾ ਸੀ ਬਿਲਕੁਲ ਸੱਚ ਬੋਲਦਾ ਸੀ, ਟੁਣਕਾ ਕੇ ਗੱਲ ਕਰਦਾ ਸੀ, ਕਿਸੇ ਨੂੰ ਵੀ ਮਿਲਣਾ ਠੋਕ ਵਜਾ ਕੇ ਕਹਿਣਾ ਕਿ ਤੂੰ ਉਸ ਖਿਡਾਰੀ ਦੇ ਨਾਲ ਆ, ਉਸ ਬੰਦੇ ਨਾਲ ਵਿਚਰ ਰਿਹਾ, ਇਹ ਬੰਦਾ ਠੀਕ ਨਹੀਂ, ਤੇਰੀ ਤਰੱਕੀ ਦੇ ਵਿੱਚ ਰੋੜਾ ਬਣੇਗਾ ਕਿਸੇ ਦਿਨ। ਇਹ ਜਿਹੜੀ ਸਾਫ਼ ਰੰਗੋਈ ਹੈ, ਇਹ ਜਿਹੜੀ ਦ੍ਰਿੜਤਾ ਸੀ, ਇਮਾਨਦਾਰੀ ਸੀ, ਉਹ ਬਿੱਟੂ ਦੇ ਪੱਲੇ ਹੀ ਆਈ। ਬਹੁਤ ਸਾਰੀਆਂ ਯਾਦਾਂ ਨੇ, ਤਕਰੀਬਨ ਮੈਂ ਉਸ ਨਾਲ ਗੱਲ ਕਰਕੇ 10 ਪੇਜ ਲਿਖਤੇ ਸੀ ਉਸ ਵੇਲੇ। ਬੜੀਆਂ ਹੋਰ ਘਟਨਾਵਾਂ ਉਹਨੇ ਆਪਣੇ ਜੀਵਨ ਦੀਆਂ ਦੱਸੀਆਂ। ਉਹਨੇ ਦੱਸਿਆ ਕਿ ਜਦੋਂ ਅਸੀਂ ਖੇਡਣ ਜਾਂਦੇ ਸਰੋਵਰ ਕੁੱਕੂ ਇਸ ਤਰ੍ਹਾਂ ਦੇ 4-5 ਨੌਜਵਾਨ ਸੀਗੇ, ਤਾਂ ਇਹ ਖੇਡਣ ਜਾਂਦੇ ਸੀ ਜਦੋਂ ਸਾਧਨ ਵੀ ਕੋਈ ਹੁੰਦਾ ਸੀ, ਜਿਹਨੂੰ ਆਪਾਂ ਕਹਿੰਦੇ ਕਿ ਇੱਕ ਵੀ ਪੈਸਾ ਇਹਦੇ ਪੱਲੇ ਨਹੀਂ ਹੁੰਦੇ ਸੀ। ਜੇ ਕਹਿੰਦਾ ਟਰਾਲੀ ਮਿਲੀ ਤਾਂ ਟਰਾਲੀ ਨੂੰ ਹੱਥ ਦੇ ਲਿਆ, ਜੇ ਕੋਈ ਮੋਟਰਸਾਈਕਲ ਮਿਲਿਆ ਉਹ 'ਤੇ ਲਟਕ ਗਏ। ਅਸੀਂ ਜਾਂਦੇ ਖੇਡਦੇ ਅਤੇ ਛੋਟੇ ਛੋਟੇ ਪੇਟ ਦੇ 50-52 ਕਿਲੋ ਦੇ ਕੱਪ ਜਿੱਤ ਕੇ ਘਰੇ ਆਉਂਦੇ। ਆਉਣ ਵੇਲੇ ਸਾਨੂੰ ਬੱਸ ਦੀ ਸਵਾਰੀ ਹੁੰਦੀ, ਇੱਦਾਂ ਦਾ ਸੁਪਨਾ ਆਉਂਦਾ ਕਿ ਅਸੀਂ ਜਹਾਜ਼ 'ਤੇ ਚੜ੍ਹ ਕੇ ਆਈਏ। ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਯਾਦਾਂ ਨੇ ਇਸ ਖਿਡਾਰੀ ਦੀਆਂ, ਜਿਨ੍ਹਾਂ ਨੂੰ ਕਿ ਅਸੀਂ ਨਾਕਾਲੀਆਂ ਸਮੇਟ ਸਕਦੇ ਹਾਂ, ਅਸੀਂ ਦਿਲ 'ਚ ਹੀ ਰੱਖ ਸਕਦੇ ਹਾਂ। ਬਟ ਕੀ ਹੈ ਕਿ ਉਹਦਾ ਪਰਮਾਤਮਾ ਦੇ ਵਿੱਚ ਜਿਹੜਾ ਅਥਾਹ ਵਿਸ਼ਵਾਸ ਸੀ, ਬਾਬਾ ਮੋਨੀ ਜੀ ਦਾ ਪਾਸ਼ ਸੀ ਗਊਆਂ ਦੀ ਸੇਵਾ ਕਰਨਾ, ਉਹਦਾ ਇੱਕ ਇਸ਼ਟ ਸੀ, ਉਹਦਾ ਧਰਮ ਸੀ, ਉਹਨੂੰ ਗਊਆਂ ਦੇ ਵਿੱਚੋਂ ਹੀ ਰੱਬ ਦਿਸਦਾ ਸੀ। ਇਸੇ ਕਰਕੇ ਇਸ ਖਿਡਾਰੀ ਨੂੰ ਮੇਰੀ ਜਿਹੜੀ ਨੌਲੇਜ ਦੇ ਵਿੱਚ ਹੈ, 6-7 ਵਾਰ ਵੱਡੀਆਂ ਸੱਟਾਂ ਵੱਜੀਆਂ ਕਿ ਇੰਝ ਲੱਗਦਾ ਸੀ ਕਿ ਬਿੱਟੂ ਦੁਬਾਰਾ ਮੈਦਾਨਾਂ 'ਚ ਆਊਗਾ, ਪਰ ਉਸ ਖਿਡਾਰੀ ਨੇ ਹੌਸਲਾ ਨਹੀਂ ਹਾਰਿਆ। ਕਰਨ ਵਰਗੇ ਉਸਦੇ ਪ੍ਰਮੋਟਰ, ਉਸਦੇ ਦੋਸਤ ਸੀ ਕਾਲਾ ਗਾਜੀਆਣਾ ਜਾਂ ਦੂਸਰੇ ਲੱਖਾ ਗਾਜੀਪੁਰ, ਇਹਨਾਂ ਲੋਕਾਂ ਨੇ ਉਹਦੀ ਦੁੱਖ ਦੀ ਘੜੀ ਦੇ ਵਿੱਚ ਅਜਿਹੀ ਬਾਂਹ ਫੜਦੇ ਸੀ ਕਿ ਬਿੱਟੂ 1 ਸਾਲ ਦੇ ਬਾਅਦ ਫਿਰ ਦਹਾੜ ਕੇ ਉਹ ਮੈਦਾਨ ਦੇ ਵਿੱਚ ਆ ਜਾਂਦਾ ਸੀ। ਅੱਜ ਸਾਡੇ ਵਿੱਚ ਮੌਜੂਦ ਵੀ ਨੇ ਗੋਗੋ ਰੂਟੀ ਵਰਗਿਆਂ ਨੂੰ, ਕਾਲੇ ਗਾਜੀਆਣੇ ਨੂੰ, ਸੰਦੀਪ ਲੱਲੀਆਂ ਨੂੰ, ਇਹਨਾਂ ਨੂੰ, ਪੱਪੂ ਚੂੜ ਚੱਕ ਨੂੰ, ਅਤੇ
ਜਿਹੜਾ ਨੱਖਾ ਗਾਜੀਪੁਰ ਹੈ, ਇਹ ਪੰਜ ਖਿਡਾਰੀ ਉਹਦੇ ਮਨਪਸੰਦ ਖਿਡਾਰੀ ਸੀ ਜਿਹੜੇ ਉਹਨੇ ਮੈਨੂੰ ਦੱਸਿਆ ਕਿ ਮੇਰੀਆਂ ਲਿਖਤਾਂ ਦੇ ਵਿੱਚ ਮੌਜੂਦ ਹੈ। ਇਹ ਬਿੱਟੂ ਦੀਆਂ ਯਾਦਾਂ ਨੇ ਜਿਹੜੀਆਂ ਸਦਾ ਸਾਡੇ ਚੇਤੇ ਨੂੰ ਬਸੀਆਂ ਰਹਿਣਗੀਆਂ। ਅਖੀਰ ਦੇ ਵਿੱਚ ਮੈਂ ਖਿਡਾਰੀ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਬਿੱਟੂ ਨੂੰ ਸੱਚੀ ਸ਼ਰਧਾਂਜਲੀ ਤਾਂ ਹੀ ਹੋਵੇਗੀ ਅੱਜ ਸ੍ਰੀ ਗਰੁੜ ਪ੍ਰਾਣ ਜੀ ਦੀ ਹਾਜ਼ਰੀ ਦੇ ਵਿੱਚ ਅਸੀਂ ਸਭ ਖੇਡ ਜਥੇਬੰਦੀਆਂ, ਸਭ ਖਿਡਾਰੀਆਂ ਦੇ ਮਾਪੇ ਔਰ ਸਭ ਖਿਡਾਰੀ ਜਿੰਨੇ ਵੀ ਕਬੱਡੀ ਕੋਚ ਨੇ, ਇਹ ਪ੍ਰਣ ਕਰਕੇ ਜਾਈਏ ਕਿ ਅਸੀਂ ਸਾਫ਼ ਸੁਥਰੀ ਕਬੱਡੀ ਖੇਡਾਂਗੇ। ਸਾਫ਼ ਸੁਥਰੀ ਕਬੱਡੀ ਖੇਡਾਂਗੇ ਤਾਂ ਸਾਡੀ ਪੰਜਾਬੀਆਂ ਦੀ ਇਹ ਖੇਡ ਸਦਾ ਜਿਉਂਦੀ ਰਹੇਗੀ। ਬਿੱਟੂ ਵਰਗੇ ਜਿਹੜੇ ਸਿਤਾਰੇ ਨੇ ਉਹ ਸਦਾ ਪੈਦਾ ਹੁੰਦੇ ਰਹਿਣਗੇ। ਪੰਜਾਬੀਆਂ ਨੂੰ ਹਮੇਸ਼ਾ ਸਾਡੇ ਇਸ ਹੋਣਹਾਰ ਖਿਡਾਰੀ 'ਤੇ ਮਾਣ ਰਹੇਗਾ। ਇਹੀ ਮੇਰੇ ਵੱਲੋਂ ਔਰ ਸਮੁੱਚੇ ਕਬੱਡੀ ਜਗਤ ਵੱਲੋਂ ਸ਼ਰਧਾ ਦੇ ਫੁੱਲ ਨੇ ਇਸ ਖਿਡਾਰੀ ਨੂੰ। ਇਸ ਦੋਸਤ ਬਾਰੇ ਕਦੇ ਵੀ ਲਿਖਣ ਦਾ, ਕਦੇ ਵੀ ਪਰਿਵਾਰ ਵੱਲੋਂ ਮੈਨੂੰ ਕੋਈ ਵੀ ਸੇਵਾ ਦਾ ਮੌਕਾ ਮਿਲੇਗਾ ਤਾਂ ਮੈਂ ਹਾਜ਼ਰ ਹੋਵਾਂਗਾ। ਅੱਜ ਮੈਂ ਉਹ ਪੰਜ ਕਿਤਾਬਾਂ ਲੈ ਕੇ ਆਇਆ ਜਿਨ੍ਹਾਂ ਦੇ ਵਿੱਚ ਬਿੱਟੂ ਦੀਆਂ ਤਸਵੀਰਾਂ ਨੇ, ਬਿੱਟੂ ਦੀਆਂ ਯਾਦਾਂ ਸਮੋਈਆਂ ਹੋਈਆਂ ਨੇ, ਕਿਸ ਤਰ੍ਹਾਂ ਇਹਨੇ ਮਾਰ ਕੇ ਮਾਰੇ ਨੇ। ਮੈਂ ਉਹਨਾਂ ਦੇ ਕੋਈ ਪਰਿਵਾਰ ਦਾ ਮੈਂਬਰ ਜਾਂ ਮੇਰਾ ਵੀਰ ਗੁਲਜ਼ਾਰੀ ਉਹ ਮੇਰੇ ਤੋਂ ਹਾਸਲ ਕਰ ਸਕਦਾ ਹੈ। ਇਹ ਉਹ ਪੰਜ ਕਿਤਾਬਾਂ ਨੇ। ਸਭ ਦਾ ਸ਼ੁਕਰੀਆ ਹਾਜ਼ਰ ਹੋਣ ਵਾਲੀ ਸੰਗਤ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਏਸੀ ਦੇ ਡਾਕਟਰ ਸੁਖਦਰਸ਼ਨ ਸਿੰਘ ਚਹਿਲ, ਖੇਡ ਓਲੰਪੀਅਨ ਪੱਤਰਕਾਰ, ਜਿਨ੍ਹਾਂ ਨੇ ਬਿੱਟੂ ਦੀਆਂ ਯਾਦਾਂ ਨੂੰ ਆਪਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਔਰ ਇਹ ਯਾਦਾਂ ਜਿਹੜੀਆਂ ਚਿਰਾਂ ਤੱਕ ਸਾਡੇ ਜ਼ਿਹਨ ਦੇ ਵਿੱਚ ਰਹਿਣਗੀਆਂ। ਸਾਡੇ ਸਤਿਕਾਰਯੋਗ ਬਲੋਕ ਕੁਮਾਰ ਜਿੰਦਲ ਜੀ, ਸਾਬਕਾ ਪ੍ਰਧਾਨ ਨਗਰ ਕੌਂਸਲ ਬਾਤੜਾਂ, ਚੀਨ ਤਰਾਏ ਜੀ ਸ਼ਿਵ ਮੋਟਰਸ ਤੋਂ, ਚੇਅਰਮੈਨ ਮਹਿੰਦਰ ਸਿੰਘ ਜੀ ਲਾਲਵਾ, ਉੱਥੇ ਸਰਦਾਰ ਜਗਦੇਵ ਸਿੰਘ ਜੀ ਬੱਬਾ ਸੀਨੀਅਰ ਕਾਂਗਰਸੀ ਆਗੂ ਅਤੇ ਉਹਨਾਂ ਦੇ ਸਮੁੱਚੇ ਪਾਰਟੀ ਵਰਕਰ, ਸਰਦਾਰ ਸਰਬਜੀਤ ਸਿੰਘ ਜੀ ਹੈਪੀ ਪੰਚ ਅਤੇ ਹੋਰ ਜਿੰਨੀ ਵੀ ਪਾਰਟੀ ਉਹਨਾਂ ਦੀ ਆਈ ਹੈ, ਸਭ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦੇ ਹਾਂ। ਕੁਝ ਸੋਗਮ ਅਤੇ ਹੋਰ ਜਿਹੜੇ ਸਾਡੇ ਵਿਚਕਾਰ ਆਏ ਹੈ, ਪਰਾਚੀਨ ਸ਼ਿਵ ਮੰਦਰ ਕਮੇਟੀ ਦੇ ਜੀ ਰਜਿਸਟਰੇਸ਼ਨ ਪਾਤਰਾ ਵੱਲੋਂ ਸੋਗਮ ਦਾ ਜਿਹੜਾ ਇਸ ਬਿੱਟੂ ਦੀ ਦੁੱਖ ਦੀ ਘੜੀ ਦੇ ਵਿੱਚ ਆਇਆ ਔਰ ਉੱਥੇ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸ਼ਹਿਰੀ ਪਾਤਰਾ ਵੱਲੋਂ ਵੀ ਬਿਰਦੀ ਟਿਊਬਵੈੱਲ ਬੋਰਿੰਗ ਕੰਪਨੀ ਵੱਲੋਂ ਇੱਕ ਸ਼ੋਗ ਮਤਾ ਆਇਆ ਔਰ ਜਿੱਥੇ ਅਗਲੇ ਸ਼ੋਗਮ ਅਤੇ ਪ੍ਰਧਾਨ ਅਮਰੀਕ ਸਿੰਘ ਜੀ ਬਿਰਦੀ ਵਿਸ਼ਕਰਮਾ ਭਵਨ ਕਮੇਟੀ ਪਾਤਰਾ ਔਰ ਆਮ ਆਦਮੀ ਪਾਰਟੀ ਇਕਾਈ ਪਾਤਰਾ ਵੱਲੋਂ ਵੀ ਇੱਕ ਸ਼ੋਗ ਮਤਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਆਇਆ, ਜਿੱਥੇ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦੇ ਵੱਲੋਂ ਵੀ ਸ਼ੋਗ ਮਤਾ ਆਇਆ। ਗੌਰਮੈਂਟ ਕਿਰਤੀ ਕਾਲਜ ਨਿਆਲ ਪਾਤਰਾ ਦੇ ਪ੍ਰਿੰਸੀਪਲ ਡਾਕਟਰ ਸੰਗੀਤਾ ਹਾਂਡਾ ਜੀ ਉਹਨਾਂ ਦੇ ਵੱਲੋਂ ਵੀ, ਉਹਨਾਂ ਦੇ ਸਮੁੱਚੇ ਸਟਾਫ ਦੇ ਵੱਲੋਂ ਇੱਕ ਸ਼ੋਗ ਮਤਾ ਜਿਹੜਾ ਇਸ ਦੁੱਖ ਦੀ ਘੜੀ ਦੇ ਵਿੱਚ ਆਇਆ। ਸਾਰਿਆਂ ਦਾ ਵਿਸ਼ੇਸ਼ ਤੌਰ 'ਤੇ ਇਸ ਦੁੱਖ ਦੀ ਘੜੀ ਦੇ ਵਿੱਚ ਆਉਣ ਲਈ ਅਸੀਂ ਧੰਨਵਾਦ ਕਰਦੇ ਹਾਂ। ਸਰਦਾਰ ਤੇਜੀ ਸਿੰਘ ਜੀ ਗੋਲਡ, ਉੱਥੇ ਹੋਰ ਸਾਡੀਆਂ ਬਹੁਤ ਸਤਿਕਾਰਯੋਗ ਸ਼ਖਸੀਅਤਾਂ, ਸਤਪਾਲ ਸਿੰਗਲਾ ਜੀ, ਜਿੰਨਾ ਵੀ ਸਾਡਾ ਮੀਡੀਆ, ਇਲੈਕਟ੍ਰੋਨਿਕ ਪ੍ਰਿੰਟ ਮੀਡੀਆ, ਕਬੱਡੀ ਦੇ ਪ੍ਰੇਮੀ, ਕਬੱਡੀ ਦੇ ਖਿਡਾਰੀ, ਕਬੱਡੀ ਦੇ ਰੈਫਰੀ ਔਰ ਕਬੱਡੀ ਦੇ ਪ੍ਰਮੋਟਰ, ਜਿੰਨੇ ਵੀ ਸਾਡੇ ਕਬੱਡੀ ਦੇ ਅਧਿਕਾਰੀ, ਕਬੱਡੀ ਦੇ ਪ੍ਰਬੰਧਕ ਆਏ ਹੈ, ਫਿਰ ਦੁਆਰਾ ਬਿੱਟੂ ਦੁਆਰ ਦੇ ਪਰਿਵਾਰ ਵੱਲੋਂ ਅਸੀਂ ਧੰਨਵਾਦ ਕਰਦੇ ਹਾਂ। ਮਨਪ੍ਰੀਤ ਮਾਨਾ, ਨੈਸ਼ਨਲ ਸਟੈਲ ਕਬੱਡੀ ਖਿਡਾਰੀ, ਗੱਬਰ ਮੌਲੀ, ਸੋਮਾ ਘਰਾ ਚੋਂ, ਅਰਸ਼ ਚੋਲਾ ਸਾਹਿਬ ਔਰ ਬਹੁਤ ਸਾਰੇ ਕਬੱਡੀ ਖਿਡਾਰੀ, ਹੁਸ਼ਿਆਰਾ ਬੋਪੜੀ, ਅਮਨ ਹਮੀਰਗੜ੍ਹ, ਗੀਤਾ ਬਾਲਗੜ੍ਹ, ਬਹੁਤ ਸਾਰੇ ਖਿਡਾਰੀ ਆਏ ਹੈ, ਕਈਆਂ ਦਾ ਨਾਮ ਬੋਲਣ ਤੋਂ ਰਹਿ ਗਿਆ, ਅਸੀਂ ਮਾਫ਼ੀ ਚਾਹੁੰਦੇ ਹਾਂ। ਕਮੈਂਟੇਟਰ ਭਰਾ ਰਵਿੰਦਰ ਦਲਾਲ, ਸਤਪਾਲ ਖੜਿਆਲ, ਧਰਮਾ ਹਰਿਓ, ਸੰਤਰਾਮ ਡੇਂਗੂ, ਗੁਰਵਿੰਦਰ ਘਨੌਰ, ਹੋਰ ਬੱਬੂ ਖੰਡਾ, ਜਿੰਨੇ ਵੀ ਵੀਰ ਸਾਰੇ ਦੁੱਖ ਦੀ ਘੜੀ ਦੇ ਵਿੱਚ ਪਰਿਵਾਰ ਦੇ ਨਾਲ ਹੈ। ਔਰ ਹੁਣ ਮੈਂ ਬੇਨਤੀ ਕਰਾਂਗਾ ਸਾਡਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜ਼ਾਰੀ ਮੋਨਕ, ਜਿਵੇਂ ਆਪਣੀ ਜ਼ਿੰਦਗੀ ਦੇ ਕੀਮਤੀ ਵਰੇ ਜਿਹੜੇ ਬਿੱਟੂ ਦਲਾਲ ਦੇ ਨਾਲ ਬਿਤਾਏ ਹੈ,
ਇੰਦਰਜੀਤ ਸਿੰਘ ਜੀ ਢੋਗਾ ਅਤੇ ਬੱਬਲ ਸੰਗਰੂਰ, ਸੇਵਾ ਸਿੰਘ ਜੀ ਰਾਣਾ, ਸਮੁੱਚੀ ਸੈਂਟਰ ਵੈਲੀ ਕਬੱਡੀ ਕਲੱਬ ਅਮੈਰੀਕਾ ਦੇ ਪ੍ਰਮੋਟਰ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਏ ਹੈ, ਕਿਉਂਕਿ ਜਿੰਨੇ ਆਪਾਂ ਆਏ ਹਾਂ ਔਰ ਇਹ ਤੋਂ ਵੱਧ ਸੰਗਤ ਜਿਹੜੀ ਉਹ ਲਾਈਵ ਦੇ ਨਾਲ ਜੁੜ ਕੇ ਇਸ ਅਰਦਾਸ ਦੇ ਵਿੱਚ ਸ਼ਾਮਿਲ ਹੋ ਰਹੀ ਹੈ, ਸਾਰੇ ਕਬੱਡੀ ਪ੍ਰਮੋਟਰਾਂ ਦਾ, ਵੱਖੋ ਵੱਖਰੇ ਦੇਸ਼ਾਂ ਦੇ ਵਿੱਚ ਬੈਠਿਆਂ ਦਾ ਅਸੀਂ ਧੰਨਵਾਦ ਕਰਦੇ ਹਾਂ। ਵਿਜੇ ਕੁਮਾਰ ਗਰਗ ਜੀ ਉਹ ਵੀ ਸਾਡੇ ਵਿਚਕਾਰ ਆਏ ਹੈ, ਅੰਤਰਰਾਸ਼ਟਰੀ ਕਬੱਡੀ ਖਿਡਾਰੀ ਗੁਲਜ਼ਾਰੀ ਮੋਨਕ, ਜਿਹਨੇ ਆਪਣੀ ਜ਼ਿੰਦਗੀ ਦੇ ਕੀਮਤੀ ਸਾਲ, ਕੀਮਤੀ ਵਰ੍ਹੇ, ਜ਼ਿੰਦਗੀ ਦੇ ਬਹੁਤ ਸਾਰੇ ਪਲ ਜਿਹੜੇ ਪਿੱਟੂ ਦੁਰਾਲ ਦੇ ਨਾਲ ਬਿਤਾਏ ਹੈ, ਅਤੇ ਲਾਖੇ ਹੋਰਾਂ ਨੂੰ, ਸਾਰੇ ਪਰਿਵਾਰ ਨੂੰ, ਜੈ ਸਿੰਘ ਹੋਰਾਂ ਨੂੰ, ਭੈਣ ਦਰਸ਼ਨਾ ਦੇਵੀ ਹੋਰਾਂ ਨੂੰ, ਅਮਨਪ੍ਰੀਤ ਕੌਰ ਹੋਰਾਂ ਨੂੰ, ਸਾਰੇ ਪਰਿਵਾਰ ਨੂੰ ਪਤਾ ਹੈ ਕਿ ਜੋ ਪਿਆਰ ਬਿੱਟੂ ਅਤੇ ਗੁਲਜ਼ਾਰੀ ਦਾ ਰਿਹਾ, ਇਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਸਰਦਾਰ ਸੁਰਜਨ ਸਿੰਘ ਜੀ ਚੱਠਾ, ਪ੍ਰਧਾਨ ਨੌਰਥ ਇੰਡੀਆ ਕਬੱਡੀ ਫੈਡਰੇਸ਼ਨ, ਬਿਮਾਰ ਹੋਣ ਦੇ ਕਾਰਨ ਇਸ ਸਮਾਗਮ ਦੇ ਵਿੱਚ ਆਪਣੀ ਹਾਜ਼ਰੀ ਨਹੀਂ ਲਗਵਾ ਸਕੀ। ਬਲਵੀਰ ਸਿੰਘ ਜੀ ਬਿੱਟੂ ਜਸਪਾਲ ਮਗਰਾ, ਉਹਨਾਂ ਨੇ ਸਾਨੂੰ ਜਾਣਕਾਰੀ ਦਿੱਤੀ ਹੈ। ਜ਼ਰੂਰ ਗੁਲਜ਼ਾਰ ਸਿੰਘ ਜੀ ਮੋਹਨਕ ਦੋ ਮਿੰਟ ਦੇ ਲਈ ਮੈਂ ਕਿਤੇ ਆਉਣਗੇ। ਜ਼ਿਲ੍ਹਾ ਪ੍ਰਧਾਨ ਕਾਂਗਰਸ ਰਜਿੰਦਰ ਸਿੰਘ ਜੀ ਰਾਜਾ, ਉਹਨਾਂ ਦੇ ਵੱਲੋਂ ਵੀ ਸੋਚ ਮਤ ਆਇਆ ਗੁਲਜ਼ਾਰ ਸਿੰਘ ਜੀ ਮੋਹਨਕ। ਸ਼੍ਰੀ ਗੁਰੂ ਪ੍ਰਾਣ ਜੀ ਬੈਠੀ ਸਮੂਹ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੈਸੇ ਤਾਂ ਅੱਜ ਮੇਰੇ ਕੋਲ ਕੋਈ ਲੱਭ ਜੀ ਕਿ ਜੋ ਮੈਂ ਬਿਆਨ ਕਰ ਸਕਾਂ, ਸਾਡਾ ਛੋਟਾ ਵੀਰ ਬਿੱਟੂ ਜੋ ਸਦਾ ਲਈ ਸਾਨੂੰ ਸਾਰਿਆਂ ਨੂੰ ਅਲਵਿਦਾ ਕਹਿ ਗਿਆ, ਇਸ ਪਰਿਵਾਰ ਨੂੰ ਜੋ ਘਾਟਾ ਪਿਆ, ਜੋ ਸਾਡੇ ਕਬੱਡੀ ਦੇ ਪ੍ਰਸ਼ੰਸਕਾਂ ਨੂੰ, ਸਮੁੱਚੇ ਜਗਤ ਨੂੰ ਜੋ ਘਾਟਾ ਪਿਆ, ਉਹ ਕਦੇ ਪੂਰਾ ਨਹੀਂ ਹੋ ਸਕਦਾ। ਮੈਂ ਜਿੰਨੀ ਵੀ ਸੰਗਤ ਅਤੇ ਜਿੰਨੀਆਂ ਸੰਗਤਾਂ ਨੇ ਬਾਹਰ ਬੈਠਿਆਂ ਨੇ ਮੇਰੇ ਛੋਟੇ ਵੀਰ ਬਿੱਟੂ ਦੁਬਾਰ ਲਈ ਦੁਆਵਾਂ ਕੀਤੀਆਂ, ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਕੰਟਰੀ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ, ਪੰਜਾਬ, ਹਰਿਆਣਾ, ਰਾਜਸਥਾਨ, ਕਿਤੇ ਵੀ ਲਾ ਲਓ ਜਿੱਥੇ ਕਬੱਡੀ ਦੇ ਪ੍ਰੇਮੀ ਬੈਠੇ ਹੈ, ਸਾਰਿਆਂ ਨੇ ਅਰਦਾਸਾਂ ਕਰਵਾਈਆਂ, ਪਰ ਮਾਲਕ ਨੂੰ ਮਨਜ਼ੂਰ ਨਹੀਂ ਸੀ ਕਿ ਸਾਡਾ ਬਿੱਟੂ ਸਾਡੇ ਪਰਿਵਾਰ ਦੇ ਵਿੱਚ ਮੁੜ ਖੇਡ ਗਰਾਊਂਡਾਂ ਦੇ ਵਿੱਚ ਵਾਪਸ ਵਰਤੇ। ਜੋ ਮਾਲਕ ਨੂੰ ਮਨਜ਼ੂਰ ਹੁੰਦਾ ਉਹੀ ਹੁੰਦਾ। ਮੈਂ ਉਹਨਾਂ ਮੇਰੇ ਵੀਰਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਜਦੋਂ ਦਾ ਬਿੱਟੂ ਫੋਰਟਿਸ ਹੋਸਪਿਟਲ ਦੇ ਵਿੱਚ ਐਡਮਿਟ ਰਿਹਾ, ਬਿੰਦਰ ਮਵੀ ਜੀ, ਹੈਪੀ ਮਾਨਸਾ ਜੀ,
ਸੁਖਦੇਵ ਜੀ, ਗੱਬਰ ਮੌਲੀ ਵੈਦਵਾਨ ਜੀ, ਬਾਰੂ ਜੀ, ਜਿਨ੍ਹਾਂ ਨੇ ਕਿ ਉੱਥੇ ਕਿੰਨੇ ਵੀ ਉੱਥੇ ਪਤਾ ਲੈਣ ਜਾਂਦੇ ਸੀ, ਉਹਨਾਂ ਲਈ ਉਨੇ ਦਿਨ ਹੀ ਰੋਟੀ ਦਾ ਲੰਗਰ ਅਤੇ ਚਾਹ ਦਾ ਲੰਗਰ, ਜਿੰਨੇ ਦਿਨ ਬਿੱਟੂ ਉੱਥੇ ਐਡਮਿਟ ਰਿਹਾ ਉਨੇ ਦਿਨ ਉੱਥੇ ਰਹੇ ਹੈ, ਅਤੇ ਕੋਈ ਲੰਗਰ ਪਿੱਛੋਂ ਜਾਂ ਕਿਸੇ ਹੋਰ ਚੀਜ਼ ਪਿੱਛੋਂ ਕੋਈ ਘਾਟ ਨਹੀਂ ਆਉਣ ਦਿੱਤੀ। ਉਹਨਾਂ ਦਾ ਵੀ ਬਹੁਤ ਧੰਨਵਾਦ ਕਰਦਾ। ਹੁਣ ਜਿੰਨੀਆਂ ਵੀ ਜਥੇਬੰਦੀਆਂ ਇੱਥੇ ਪਹੁੰਚੀਆਂ ਨੇ, ਮਾਰਕੀਟ ਕਮੇਟੀ ਪਤਨਾ, ਮਾਰਕੀਟ ਕਮੇਟੀ ਖਨੌਰੀ, ਸਾਡੇ ਮੌਜੂਦਾ ਐੱਮ ਐੱਲ ਏ ਕਾਂਗਰਸ ਦੇ ਸਰਦਾਰ ਨਿਰਮਲ ਸਿੰਘ ਜੀ, ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸ਼ਤਰਾਣਾ ਦੇ ਬੀਬੀ ਵਰਿੰਦਰ ਕੌਰ ਲੂੰਬਾ ਜੀ, ਅਤੇ ਹੋਰ ਜਿੰਨੀਆਂ ਵੀ ਸਾਡੀਆਂ ਖੇਡ ਕਲੱਬਾਂ, ਖੇਡ ਪ੍ਰੇਮੀ, ਮੀਡੀਆ ਵਾਲੇ ਵੀਰ, ਪ੍ਰੈਸ ਰਿਪੋਰਟਰ, ਸਾਡੇ ਕਬੱਡੀ ਦੇ ਖਿਡਾਰੀ, ਕੋਚ ਸਾਹਿਬਾਨ, ਸਮੁੱਚੀ ਸੰਗਤ ਆ ਜਿਨ੍ਹਾਂ ਨੇ ਕਿ ਸਾਡੇ ਪਰਿਵਾਰ ਦੇ ਨਾਲ, ਸਰਦਾਰ ਰਾਮ ਸਿੰਘ ਦੇ ਪਰਿਵਾਰ ਦੇ ਨਾਲ, ਮਾਤਾ ਰੇਸ਼ਮਾ ਕੌਰ ਦੇ ਨਾਲ, ਸਾਡਾ ਛੋਟਾ ਵੀਰ ਲੱਖਾ ਸਿੰਘ, ਜੈ ਸਿੰਘ, ਅਤੇ ਸਾਡੀ ਭੈਣ ਅਮਨਦੀਪ ਕੌਰ ਜੋ ਕਿ ਬਿੱਟੂ ਦੇ ਵਾਈਫ ਨੇ, ਅਤੇ ਨਾਲ ਸਾਡਾ ਬੇਟਾ ਰਸ਼ਮੀ, ਉਹਨਾਂ ਦੇ ਦੁੱਖ ਵਿੱਚ ਆ ਕੇ ਤੁਸੀਂ ਦੁੱਖ ਵੰਡਾਇਆ, ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਹੈ ਕਿ ਸਾਡੇ ਪਰਿਵਾਰ ਨੂੰ ਤੁਸੀਂ ਹੌਸਲਾ ਦੇਣ ਲਈ ਇੱਥੇ ਪਹੁੰਚੇ ਹੋ। ਬਾਕੀ ਬਿੱਟੂ ਦਾ ਤੁਹਾਨੂੰ ਸਾਰਿਆਂ ਦਾ ਪਤਾ ਹੀ ਹੈ, ਉਹਦੇ ਲਈ ਤਾਂ ਮੇਰੇ ਕੋਲ ਕੋਈ ਸ਼ਬਦ ਹੀ ਨਹੀਂ ਕਿ ਜੋ ਮੈਂ ਬੋਲ ਸਕਾਂ ਮੈਚ 'ਤੇ, ਕਿਉਂਕਿ ਤੁਹਾਨੂੰ ਸਾਰਿਆਂ ਨੂੰ ਪਤਾ। ਪਰ ਇਹੋ ਜਿਹਾ ਇਨਸਾਨ ਕਬੱਡੀ ਦਾ ਜਾਦੂਗਰ, ਗਊਆਂ ਦਾ ਸੇਵਾਦਾਰ, ਅਤੇ ਹਰ ਇੱਕ ਨਾਲ ਮਿਕਸਅਪ ਹੋਣ ਵਾਲਾ ਇਨਸਾਨ, ਉਹ ਦੁਨੀਆ 'ਤੇ ਇਕੱਲਾ ਬਿੱਟੂ ਸੀ, ਨਾ ਬਿੱਟੂ ਨੇ ਮੁੜ ਕੇ ਆਉਣਾ ਹੈ, ਅਤੇ ਨਾ ਬਿੱਟੂ ਕੋਈ ਬਣ ਸਕਦਾ, ਨਾ ਹੀ ਬਣ ਸਕਦਾ, ਇੰਨਾ ਕੁਛ ਕਹਿੰਦਾ ਹੈ। ਤੁਹਾਡਾ ਸਾਰਿਆਂ ਦਾ ਧੰਨਵਾਦ। ਗਲਤੀ ਹੋਈ ਤਾਂ ਖਿਮਾ ਦਾ ਜਾਜਕਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਬਾਕੀ ਮੈਨੂੰ ਮਾਨ ਸਾਹਿਬ ਦਾ ਵੀ ਫੋਨ ਆਇਆ ਸੀ ਹੁਣੀ, ਸ਼ਾਇਦ ਉਹ ਵੀ 2-4 ਮਿੰਟਾਂ 'ਚ ਇੱਥੇ ਪਹੁੰਚਣ ਵਾਲੇ ਨੇ, ਭਗਵੰਤ ਮਾਨ ਜੀ, ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਜਿਨ੍ਹਾਂ ਨੇ ਕਿ ਅੱਜ ਆਪਣੀ ਜਿੱਤ ਦੀ ਖੁਸ਼ੀ ਦੇ ਵਿੱਚ ਆਪਣੀ ਫੇਸਬੁੱਕ 'ਤੇ ਪਾਇਆ ਸੀ ਵੀ ਅੱਜ ਕੋਈ ਵੀ ਅਸੀਂ ਡੀਜ਼ੇ ਵਗੈਰਾ ਲਾ ਕੇ ਨਹੀਂ ਉਹ ਕਰਾਂਗੇ, ਅਤੇ ਇਹ ਬਿੱਟੂ ਦੀ ਸ਼ਰਧਾਂਜਲੀ ਲਈ ਉਹਨਾਂ ਨੇ ਸਪੈਸ਼ਲ ਕੀਤਾ ਸੀ, ਉਹਨਾਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ। ਅਤੇ ਬਾਕੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਕਿ ਕਿਸੇ ਨੇ ਵੀ ਲੰਗਰ ਛਕੇ ਤੋਂ ਬਿਨਾਂ ਨਹੀਂ ਜਾਣਾ। ਮੈਂ ਗੱਲ ਕਰ ਰਿਹਾ ਸੀ ਮਾਨ ਸਾਹਿਬ ਜੀ ਤੋਂ, ਪਹੁੰਚ ਹੀ ਚੁੱਕੇ ਨੇ, ਅਤੇ 2 ਮਿੰਟ ਤੁਹਾਡੇ ਬਸ ਹੋਰ ਲੈਣੇ ਹੈ। ਬਾਕੀ ਤੁਹਾਨੂੰ ਪਤਾ ਹੀ ਹੈ ਕਿ ਮੌਸਮ ਖਰਾਬ ਹੋਣ ਦੇ ਕਾਰਨ
ਅਚਾਨਕ ਹੀ ਸਾਨੂੰ ਇੱਥੇ ਪ੍ਰੋਗਰਾਮ ਬਣਾਉਣਾ ਪਿਆ, ਨਹੀਂ ਤਾਂ ਪਹਿਲਾਂ ਹੀ ਸਰੋਵਰ ਕਲੱਬ ਦੀਵਾਲ ਹੈ ਜੋ ਸਟੇਡੀਅਮ ਹੈ ਉੱਥੇ ਆਪਾਂ ਪ੍ਰੋਗਰਾਮ ਰੱਖਿਆ ਹੋਇਆ ਸੀ, ਉਸ ਕਰਕੇ ਥੋੜ੍ਹੀ ਜਿਹੀ ਮੁਸ਼ਕਿਲ ਵੀ ਆ ਰਹੀ ਹੈ। ਅਤੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਮਾਨ ਸਾਹਿਬ ਜੋ ਕਿ ਕੱਲ੍ਹ ਐਮ ਪੀ ਦੀ ਇਲੈਕਸ਼ਨ ਵੀ ਜਿੱਤੇ ਹੈ, ਦੋ ਕੁ ਮਿੰਟ ਆਪਣਾ ਪਰਿਵਾਰ ਨਾਲ ਦੁੱਖ ਸਾਂਝਾ ਕਰਨੀ। ਬਿੱਟੂ ਦਗਾਲ ਦੀ ਅੰਤਮ ਸ਼ਰਧਾਂਜਲੀ ਦੇਣ ਆਈ ਸਾਰੇ ਸਹਿ ਸੰਗਤ, ਸਭ ਤੋਂ ਪਹਿਲਾਂ ਫਤਿਹ ਪ੍ਰਵਾਨ ਕਰਿਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ, ਸਾਰਿਆਂ ਨੂੰ ਨਮਸਕਾਰ ਸਤਿ ਸ਼੍ਰੀ ਅਕਾਲ। ਕੁਛ ਲੋਕਾਂ ਨੂੰ, ਚੰਦ ਲੋਕਾਂ ਨੂੰ ਪਰਮਾਤਮਾ ਕੋਈ ਖਾਸ ਗੁਣ ਦੇ ਕੇ ਭੇਜਦਾ, ਅਤੇ ਜਦੋਂ ਉਹ ਬੰਦੇ ਉਸ ਗੁਣ ਨੂੰ ਦੁਨੀਆ ਸਾਹਮਣੇ ਦਿਖਾਉਂਦੇ ਨੇ ਤਾਂ ਲੋਕ ਇਹ ਗੱਲ ਕਹਿੰਦੇ ਨੇ ਕਿ ਯਾਰ ਇਹ ਇਸੇ ਕੰਮ ਵਾਸਤੇ ਬਣਾਇਆ ਸੀ ਰੱਬ ਨੇ। ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਕਿ ਯਾਰ ਇਹ ਇਸੇ ਕੰਮ ਵਾਸਤੇ ਬਣੇ ਸੀ। ਬਹੁਤ ਸਾਰੇ ਲੀਡਰ ਨੇ, ਬਹੁਤ ਸਾਰੇ ਸਟੂਡੈਂਟ ਨੇ, ਇੰਜੀਨੀਅਰ ਨੇ, ਸਾਇੰਸਦਾਨ ਨੇ, ਅਤੇ ਬਿੱਟੂ ਇਸੇ ਕੰਮ ਹੀ ਆਇਆ ਸੀ ਕਬੱਡੀ ਖੇਡਣ। ਤੂੰ ਖੇਡ ਕੇ ਕਬੱਡੀ, ਕਬੱਡੀ ਖੇਡ ਨੂੰ ਵੀ ਅਮਰ ਕਰ ਗਿਆ, ਆਪ ਵੀ ਅਮਰ ਹੋ ਗਿਆ। ਉਮਰ ਬਹੁਤ ਛੋਟੀ ਸੀ ਪਰ ਸ਼ਿਵ ਕੁਮਾਰ ਬਟਾਲਵੀ ਨੇ ਲਿਖਿਆ ਕਿ ਜੋਬਨ ਉੱਤੇ ਜੋ ਵੀ ਮਰਦਾ ਫੁੱਲ ਬਣੇ ਜਾਂ ਤਾਰਾ। ਹੁਣ ਉਹ ਤਾਰੇ ਵਾਂਗੂ ਚਮਕਦਾ ਰਹੂਗਾ। ਔਰ ਜਿਹਨੇ ਕਦੇ ਸਰੀਰ 'ਤੇ ਮਿੱਟੀ ਨਹੀਂ ਲੱਗਣ ਦਿੱਤੀ ਸੀ ਆਪਦੇ ਮੈਚ ਤੋਂ ਬਾਅਦ, ਕੁਛ ਲੋਕਾਂ ਨੂੰ ਯਕੀਨ ਨਹੀਂ ਆਉਂਦਾ ਸੀ ਕਿ ਮੈਚ ਖੇਡ ਲਿਆ ਤੂੰ, ਕਿ ਮਿੱਟੀ ਤਾਂ ਲੱਗੀ ਨਹੀਂ, ਉਹ ਮਿੱਟੀ ਦੇ ਵਿੱਚ ਲੀਨ ਹੋ ਗਿਆ। ਪਰਮਾਤਮਾ ਦਾ ਭਾਣਾ ਹੈ, ਕੁਛ ਕਰ ਨਹੀਂ ਸਕਦੇ। ਕੋਸ਼ਿਸ਼ਾਂ ਵੀ ਕੀਤੀਆਂ ਗਈਆਂ ਡਾਕਟਰੀ ਸਹਾਇਤਾ ਦੀਆਂ ਪਰ ਉਹਨਾਂ ਨੇ ਵੀ ਪਰਮਾਤਮਾ ਦੇ ਭਾਣੇ ਅੱਗੇ ਹੱਥ ਖੜ੍ਹੇ ਕਰਤੇ। ਅਤੇ ਅੱਜ ਤੁਹਾਡਾ ਇੱਥੇ ਆਉਣਾ, ਕਹਿੰਦੇ ਰਿਸ਼ਤੇ ਮਾਂ ਪਿਓ ਦੇ ਨਾਂ ਨੂੰ ਆਉਂਦੇ ਨੇ, ਮਕਾਨਾ ਪੁੱਤਾਂ ਦੇ ਨਾਂ ਨੂੰ ਆਉਂਦੇ। ਜੋ ਰਿਸ਼ਤਾ ਕਰਦੇ ਹਾਂ ਕੁੜੀ ਦਾ ਤਾਂ ਪੁੱਛਿਆ ਜਾਂਦਾ ਬਾਪੂ ਇਹਦਾ, ਬਾਪੂ ਕੀ ਕਰਦਾ ਮੁੰਡੇ ਦਾ, ਆ ਕੇ ਉਹਨਾਂ ਦੇ ਨਾਂ 'ਤੇ ਨਹੀਂ ਰਿਸ਼ਤੇ ਹੁੰਦੇ। ਮਕਾਨ ਔਲਾਦ ਦੇ ਨਾਂ 'ਤੇ ਕਿ ਯਾਰ ਫਲਾਨਿਆਂ ਦਾ ਬਾਪੂ ਮਰ ਗਿਆ ਜਾ ਕੇ ਆਈਏ, ਜੇ ਔਲਾਦ ਮਾੜੀ ਹੈ ਕਹੋਗੇ ਯਾਰ ਜਿਹੜਾ ਚੰਗਾ ਸੀ ਉਹ ਤਾਂ ਮਰ ਗਿਆ, ਇਹ ਤਾਂ ਉਹਦਾ ਮੁੰਡਾ ਤੁਹਾਨੂੰ ਪਤਾ ਹੀ ਹੈ ਯਾਰ ਠੱਪੀਆਂ ਜਾਂ ਮਾਰੀ ਜਾਂਦਾ, ਚੱਲ ਛੱਡ ਦਿਓ। ਸੋ ਅੱਜ ਜਿਹੜੀ ਮਕਾਨ ਹੈ ਇਹ ਬਿੱਟੂ ਦੇ ਗੁਣਾਂ ਨੂੰ ਆਈ ਹੈ ਸਜਦਾ ਕਰਨ। ਔਰ ਗੁਲਜ਼ਾਰੀ ਔਰ ਬਹੁਤ ਸਾਰੇ ਵੱਡੇ ਵੱਡੇ ਪਲੇਅਰ ਇੱਥੇ ਬੈਠੇ ਹੈ। ਕੱਲ੍ਹ ਅਸੀਂ ਕਾਊਂਟਿੰਗ ਸਟੇਸ਼ਨ 'ਚ ਇਕੱਠੇ ਬੈਠੇ ਸੀਗੇ, ਉੱਥੇ ਮੈਂ ਇਹੀ ਗੱਲ ਕਰਦਾ ਸੀ ਕਿ ਕਬੱਡੀ ਦਾ ਸਚਿਨ ਤੰਦੂਲਕਰ ਜਿਹੜਾ ਉਹ ਸਾਨੂੰ ਛੱਡ ਗਿਆ। ਕਬੱਡੀਆਂ ਤਾਂ ਪੈਣਗੀਆਂ, ਜੱਫੇ ਵੀ ਲੱਗਣਗੇ, ਰੇਡਾਂ ਵੀ ਪੈਣਗੀਆਂ, ਪਰ ਬਿੱਟੂ ਨਹੀਂ ਹੋਣਾ ਕਿਸੇ ਮੈਚ 'ਚ। ਕਾਹਲੀ ਕਰ ਗਿਆ, ਕਾਹਲੀ ਕਰ ਗਿਆ, ਛੇਤੀ ਚਲਾ ਗਿਆ ਦੁਨੀਆ ਤੋਂ। ਅਸੀਂ ਲੋਕ ਸੀ ਬਹੁਤ, ਜਿਸ ਦਿਨ ਮੌਤ ਹੋਈ ਹੈ ਮੈਂ ਉਸ ਦਿਨ ਵੀ ਇੱਥੋਂ ਆ ਕੇ ਗਿਆ ਸੀ ਘਰੇ। ਅੱਜ ਵੀ ਅਸੀਂ ਸਾਰੇ ਪੰਜਾਬ 'ਚ, ਮੈਂ ਪ੍ਰਧਾਨ ਦੇ ਨਾਤੇ ਕਿਹਾ ਕੋਈ ਖੁਸ਼ ਨਹੀਂ ਮਨਾਉਣੀ ਅੱਜ,
ਅਸੀਂ ਜਿੱਤੀ ਕੱਲ੍ਹ ਨੂੰ ਕੱਲ੍ਹ ਤੋਂ ਬਾਅਦ ਕ੍ਰਿਸ਼ਨ ਰਾਂਝੀ ਜੀ ਦੇ ਕੇ ਕਰ ਲਾਂਗੇ। ਸੋ ਖੁਸ਼ੀਆਂ ਕਹਿੰਦੇ ਵੰਡਣ ਨਾਲ ਦੁੱਗਣੀਆਂ ਹੋ ਜਾਂਦੀਆਂ, ਦੁੱਖ ਵੰਡਣ ਨਾਲ ਅੱਧੇ ਰਹਿ ਜਾਂਦੇ। ਤੁਸੀਂ ਇਸ ਪਰਿਵਾਰ ਦਾ ਦੁੱਖ ਅੱਧਾ ਕਰਨ ਲਈ ਆਏ, ਬਹੁਤ ਬਹੁਤ ਤੁਹਾਡਾ ਧੰਨਵਾਦ। ਚੱਲਿਆ ਹੋਇਆ ਇੱਕ ਕਦਮ ਸਿਰ ਮੱਥੇ, ਅਤੇ ਇਹੀ ਅਰਦਾਸ ਕਰਦੇ ਹਾਂ ਕਿ ਪਰਮਾਤਮਾ ਉਹਨਾਂ ਨੂੰ ਆਪਣੀ ਚਰਨਿਆਂ 'ਚ ਨਿਵਾਸ ਦੇਵੇ, ਅਤੇ ਉਹਨਾਂ ਦੇ ਬੱਚੇ ਜਿਹੜੇ ਨੇ ਉਹ ਆਪਣੇ ਪਿਤਾ ਦਾ ਨਾਮ ਇਹੋ ਜਿਹੇ ਹੁੰਦੀਆਂ ਨੇ ਜਿਨ੍ਹਾਂ ਬਾਰੇ ਬੋਲਣ ਲਈ ਵੱਡੇ ਵੱਡੇ ਸ਼ਬਦਾਂ ਦੇ ਜਾਦੂਗਰਾਂ ਕੋਲ ਸ਼ਬਦ ਮੁੱਕ ਜਾਂਦੇ। ਸੋ ਮੈਂ ਸ਼ਰਧਾ ਦੇ ਫੁੱਲ ਭੇਟ ਕਰਦਾ ਹੈ ਪਰਿਵਾਰ ਨੂੰ, ਭਾਣਾ ਨੂੰ, ਉਹਨਾਂ ਦਾ ਬਲ ਬਖਸ਼ੇ ਪਰਮਾਤਮਾ। ਇਹ ਸੀਗੇ ਸਾਡੇ ਮੈਂਬਰ ਪਾਰਲੀਮੈਂਟ ਸੰਗਰੂਰ ਸਰਦਾਰ ਭਗਵੰਤ ਸਿੰਘ ਦੀ ਮਾਂ, ਜਿਨ੍ਹਾਂ ਨੇ ਬਿੱਟੂ ਬਾਰੇ ਬਹੁਤ ਥੋੜ੍ਹੇ ਸਮੇਂ ਦੇ ਵਿੱਚ ਬਹੁਤ ਮਹਿੰਗੀਆਂ ਗੱਲਾਂ ਜਿਹੜੀਆਂ ਸਾਨੂੰ ਦੱਸੀਆਂ, ਸਾਡੇ ਨਾਲ ਸਾਂਝੀਆਂ ਕੀਤੀਆਂ। ਔਰ ਜਿੱਥੇ ਸਰਦਾਰ ਜਸਵੀਰ ਸਿੰਘ ਜੀ ਢਿੱਲੋਂ ਮਾਛੀਵਾੜਾ ਸਾਹਿਬ ਤੋਂ 51,000 ਰੁਪਏ ਦੀ ਰਾਸ਼ੀ ਜਿਹੜੀ ਉਹ ਪਰਿਵਾਰ ਦੇ ਲਈ ਦੇ ਰਹੇ ਆ, ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਫਿਰ ਦੁਬਾਰਾ ਸਾਰੇ NRI ਵੀਰਾਂ ਦਾ ਜਿਨ੍ਹਾਂ ਨੇ ਬਿਮਾਰੀ ਸਮੇਂ ਬਿੱਟੂ ਦੀ ਮਦਦ ਕੀਤੀ ਹੈ ਔਰ ਉਸ ਤੋਂ ਬਾਅਦ ਕੀਤੀ ਹੈ, ਔਰ ਜਿੱਥੇ ਪੰਜਾਬ ਹਰਿਆਣੇ ਦੇ ਸਾਰੇ ਕਬੱਡੀ ਦੇ ਦਰਸ਼ਕਾਂ ਦਾ, ਪਰਿਵਾਰ ਦੇ ਰਿਸ਼ਤੇਦਾਰਾਂ ਦਾ, ਸਾਰੇ ਇਲਾਕੇ ਭਰ ਦੀਆਂ ਧਾਰਮਿਕ ਰਾਜਨੀਤਿਕ ਸੰਸਥਾਵਾਂ ਦਾ, ਫਿਰ ਦੁਬਾਰਾ ਅਸੀਂ ਵਿਸ਼ੇਸ਼ ਤੌਰ 'ਤੇ ਬਿੱਟੂ ਦੁਗਾਲ ਦੇ ਪਰਿਵਾਰ ਵੱਲੋਂ ਔਰ ਸਰਦਾਰ ਰਾਮ ਸਿੰਘ ਜੀ, ਮਾਤਾ ਰੇਸ਼ਮਾ ਦੇਵੀ ਜੀ, ਲਾਖਾ ਸਰਪੰਚ ਜੈ ਸਿੰਘ, ਸਾਡੀ ਭੈਣ ਦਰਸ਼ਨਾ ਦੇਵੀ, ਸਾਡੀ ਭੈਣ ਅਮਨਪ੍ਰੀਤ ਕੌਰ ਔਰ ਬੇਟਾ ਰਸ਼ਮੀਤ ਸਿੰਘ, ਸਮੁੱਚੇ ਪਰਿਵਾਰ ਦੇ ਵੱਲੋਂ ਫਿਰ ਦੁਬਾਰਾ ਅਸੀਂ ਇਸ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋਣ ਦੇ ਲਈ ਦਿਲ ਦੀਆਂ ਗਹਿਰਾਈਆਂ ਦੇ ਵਿੱਚ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਇਹਦੇ ਨਾਲ ਹੀ ਇਸ ਸ਼ਰਧਾਂਜਲੀ ਸਮਾਗਮ ਦੀ ਜਿਹੜੀ ਉਹ ਸਮਾਪਤੀ ਹੁੰਦੀ ਹੈ। ਸਾਰੀ ਸੰਗਤ ਨੂੰ ਪਰਿਵਾਰ ਵੱਲੋਂ ਹੱਥ ਜੋੜ ਕੇ ਬੇਨਤੀ ਹੈ, ਕੋਈ ਵੀ ਭੈਣ, ਕੋਈ ਵੀ ਭਰਾ, ਮਾਤਾ, ਸਾਡਾ ਵੀਰ ਲੰਗਰ ਛਕੇ ਤੋਂ ਬਿਨਾਂ ਨਾ ਜਾਵੇ। ਲੰਗਰ ਦਾ ਪ੍ਰਬੰਧ ਹੈ, ਰੋਟੀ ਪਾਣੀ ਚਾਹ ਜਿੰਨੀ